ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਕੌਣ ਦੇ ਦਰਸ਼ਕੋ ਪ੍ਰੋਗਰਾਮ ਪੱਖ ਦੇ ਮਸਲੇ ਵਿੱਚ ਜੀ ਐਂ ਆਖਦੇ ਹਾਂ ਅਤੇ ਅੱਜ ਗੱਲਬਾਤ ਆਪਾਂ ਜਿਹੜਾ ਪੰਜਾਬ ਦੇ ਵਿੱਚ ਸੰਘਰਸ਼ ਚੱਲ ਰਿਹਾ ਆ, ਕਿਸਾਨਾਂ ਦਾ ਸੰਘਰਸ਼ ਆਪਾਂ ਕਹਿ ਦਿੰਦੇ ਹਾਂ ਲੇਕਿਨ ਪੂਰੇ ਪੰਜਾਬੀਆਂ ਦਾ ਸੰਘਰਸ਼ ਆ ਅਤੇ ਪੰਜਾਬ ਦੀ ਹੋਂਦ ਦਾ ਸੰਘਰਸ਼ ਆ। ਸੋ ਉਹਦੇ ਲਈ ਵੱਖ ਵੱਖ ਜਥੇਬੰਦੀਆਂ ਆਪੋ ਆਪਣਾ ਪ੍ਰੋਗਰਾਮ ਵੀ ਦਿੰਦੀਆਂ ਆ। ਅੱਜ ਵੀ ਬਹੁਤ ਵੱਡੀ ਮੀਟਿੰਗ ਜਿਹੜੀ ਦਿੱਲੀ ਦੇ ਵਿੱਚ ਜਿਹੜੀਆਂ ਸਾਰੀਆਂ ਪੂਰੇ ਦੇਸ਼ ਦੀਆਂ ਜਥੇਬੰਦੀਆਂ ਉਹਨਾਂ ਦੀ ਵੀ ਮੀਟਿੰਗ ਹੋਈ ਆ, ਉਹਦੇ ਬਾਰੇ ਵੀ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਆਗੂਆਂ ਦੇ ਨਾਲ ਗੱਲਬਾਤ ਕਰਨ ਦੀ। ਅਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਹੜਾ ਪੰਜਾਬ ਦੇ ਵਿੱਚ ਕੱਲ੍ਹ ਨੂੰ ਫਿਰੋਜ਼ਪੁਰ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਪੰਥਕ ਦਲ ਜਿਹੜੀ ਮਤਲਬ ਉਹਦਾ ਕਿਸਾਨ ਬਚਾਓ ਵਿੰਗ ਆ, ਉਹਨਾਂ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਆ। ਅਤੇ ਸਾਡੇ ਨਾਲ ਜਥੇਬੰਦੀ ਦੇ ਪ੍ਰਧਾਨ ਭਾਈ ਲਖਵਿੰਦਰ ਸਿੰਘ ਜੀ ਉਹ ਲਾਈਨ 'ਤੇ ਹਨ ਅਤੇ ਉਹਨਾਂ ਨਾਲ ਆਪਾਂ ਕੱਲ੍ਹ ਦੇ ਪ੍ਰੋਗਰਾਮ ਦੀ ਗੱਲਬਾਤ ਕਰਾਂਗੇ ਅਤੇ ਹੋਰ ਵੀ ਜਿਹੜੀਆਂ ਖਬਰਾਂ ਜਾਂ ਮਸਲੇ ਉਹਨਾਂ ਦੇ ਬਾਰੇ ਵੱਖ ਵੱਖ ਆਗੂਆਂ ਨਾਲ ਆਪਾਂ ਵਿਚਾਰ ਵਟਾਂਦਰਾ ਕਰਾਂਗੇ। ਤੁਸੀਂ ਵੀ ਅਗਰ ਕਾਲ ਕਰਨੀ ਚਾਹੁੰਦੇ ਹਾਂ, ਵਿਚਾਰ ਦੇਣਾ ਚਾਹੁੰਦੇ ਹਾਂ ਤਾਂ ਟੈਲੀਫੋਨ ਕਰ ਸਕਦੇ ਹੋ, ਵਟਸਐਪ ਕਾਲ ਵੀ ਕਰ ਸਕਦੇ ਹੋ। ਅਤੇ ਆਓ ਪਹਿਲਾਂ ਭਾਈ ਲਖਵਿੰਦਰ ਸਿੰਘ ਜੀ ਨਾਲ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਲਖਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਲਖਵਿੰਦਰ ਸਿੰਘ, ਜਿੱਦਾਂ ਜਿਹੜਾ ਇਸ ਵੇਲੇ ਮੋਰਚਾ ਮਤਲਬ ਕਾਫੀ ਭਖਿਆ ਹੋਇਆ ਪੰਜਾਬ ਅਸੈਂਬਲੀ ਦੇ ਵਿੱਚ, ਜਿਹੜਾ ਬਿੱਲ ਲਿਆਉਣ ਤੋਂ ਬਾਅਦ ਇਹਨੇ ਰੰਗ ਰੂਪ ਹੋਰ ਤਰ੍ਹਾਂ ਲੈ ਲਿਆ ਆ ਕਿ ਸੈਂਟਰ ਗੌਰਮੈਂਟ ਵੀ ਜਿਹੜਾ ਵੱਖਰੇ ਰੂਪ ਦੇ ਵਿੱਚ ਅਗਰੈਸਿਵ ਹੋ ਗਈ ਆ, ਰੇਲਾਂ ਵਗੈਰਾ ਵੀ ਨਹੀਂ ਚੱਲ ਰਹੀਆਂ। ਅਤੇ ਹਾਲਾਂਕਿ ਕਿਸਾਨਾਂ ਨੇ ਦੇਤੀ ਸੀਗੀ ਖੁੱਲ੍ਹ ਬਈ ਜਿਹੜੀਆਂ ਮਾਲ ਗੱਡੀਆਂ ਉਹ ਚੱਲ ਸਕਦੀਆਂ, ਪਰ ਉਦੋਂ ਬਾਅਦ ਹਾਲਾਤ ਹੋਰ ਪਾਸੇ ਨੂੰ ਜਾ ਰਹੇ ਆ। ਅਤੇ ਤੁਸੀਂ ਵੀ ਕੱਲ੍ਹ ਜਥੇਬੰਦੀ ਵੱਲੋਂ ਪ੍ਰੋਗਰਾਮ ਲਿਖਿਆ ਹੋਇਆ, ਕੀ ਕਹੋਗੇ? ਹਾਂਜੀ, ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜੋ ਪਿਛਲੇ ਸਮੇਂ ਤੋਂ ਜਿਹੜਾ ਸੈਂਟਰ ਦੇ ਵੱਲੋਂ ਕਾਲੇ ਕਾਨੂੰਨ ਲਿਆ ਕੇ ਸੋ ਕਿਸਾਨੀ ਨੂੰ ਜਿਹੜਾ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਸੋ ਪੂਰਾ ਪੰਜਾਬ ਦਾ ਬੱਚਾ ਬੱਚਾ ਪਿਛਲੇ ਸਮੇਂ ਦੌਰਾਨ ਜਿਹੜਾ ਇਸ ਲੜਾਈ ਦੇ ਵਿੱਚ ਸੜਕਾਂ ਤੇ ਆ ਕੇ ਜਿਹੜੀ ਲੜਾਈ ਲੜ ਰਹੇ ਆ ਇਹਨਾਂ ਕਾਨੂੰਨਾਂ ਦੇ ਖਿਲਾਫ, ਉਹਦੇ ਚੱਲਦਿਆਂ ਹੀ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਕੱਲ ਨੂੰ 28 ਤਰੀਕ ਨੂੰ ਜਿਹੜਾ ਫਿਰੋਜ਼ਪੁਰ ਦੇ ਪਿੰਡ ਬਾਂ ਦੇ ਵਿੱਚ ਅਡਾਨੀ ਦਾ ਜਿਹੜਾ ਸ਼ੈਲਰ ਹੈ ਉਹਦਾ ਜਿਹੜਾ ਕੱਲ ਨੂੰ ਘਰਾਓ ਕੀਤਾ ਜਾਣਾ, ਕਿਉਂਕਿ ਜਿਹੜਾ ਇਹ ਕਾਲੇ ਕਾਨੂੰਨ ਲਿਆ ਕੇ ਜਿਹੜਾ ਕਾਰਪੋਰੇਟ ਘਰਾਣਿਆਂ ਨੂੰ ਜਿਹੜੀਆਂ ਪੰਜਾਬ ਦੀਆਂ ਜ਼ਮੀਨਾਂ ਉਹਨਾਂ ਤੇ ਇਹਨਾਂ ਦੀ ਜਿਹੜੀ ਮਾੜੀ ਨਿਗਾਹ ਉਹਦੇ ਖਿਲਾਫ਼ ਜਿੰਨੇ ਟੋਲ ਪਲਾਜੇ ਸੀ ਜਾਂ ਮੋਗੇ ਦੇ ਵਿੱਚ ਇਹਨਾਂ ਦਾ ਸੈਲੋ ਸੀਗਾ ਜਾਂ ਹੋਰ ਵੀ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਮੌਲ ਆ ਉਹਨਾਂ ਦੇ ਦਰਵਾਜ਼ਿਆਂ ਅੱਗੇ ਪਹਿਲੇ ਹੀ ਧਰਨੇ ਲੱਗੇ ਆ। ਸੋ ਇਹ ਜਿਹੜਾ ਅਡਾਨੀ ਦਾ ਜਿਹੜਾ ਸ਼ੈਲਰ ਆ ਇਹਦੇ ਖਿਲਾਫ਼ ਵੀ ਜਿਹੜਾ ਕੱਲ ਨੂੰ ਧਰਨਾ ਲਾਇਆ ਜਾਣਾ ਅਤੇ ਜਿਹੜੇ ਦਰਵਾਜ਼ੇ ਬੰਦ ਕੀਤੇ ਜਾਣਗੇ। ਅੱਛਾ, ਉਹ ਸੈਲਰ ਆਲਰੇਡੀ ਪਹਿਲਾਂ ਹੀ ਚੱਲਦੇ ਆ ਜਾਂ ਹੁਣ ਮਤਲਬ ਨਵੇਂ ਸ਼ੁਰੂ ਹੋਏ ਆ? ਪਿਛਲੇ ਦਿਨੀ ਇਹਦੇ ਵੱਲ ਸਾਰਿਆਂ ਦਾ ਧਿਆਨ ਗਿਆ, ਸੋ ਉਹਦੇ ਤਾਂ ਕਰਕੇ ਸਾਰਿਆਂ ਨੇ ਪ੍ਰੋਗਰਾਮ ਬਣਾ ਕੇ ਜਥੇਬੰਦੀਆਂ ਨੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਇਹਦਾ ਜਿਹੜਾ ਕੱਲ ਨੂੰ ਇਹਨੂੰ ਬੰਦ ਕੀਤਾ ਜਾਊਗਾ। ਅੱਛਾ, ਇਹਦੇ ਇਹਦਾ ਮੁੱਖ ਕਾਰਨ ਕੀ ਆ ਬੰਦ ਕਰਨ ਦਾ, ਇਹਦਾ ਮਤਲਬ ਕਿਉਂ ਬੰਦ ਕਰ ਰਹੇ? ਮੁੱਖ ਕਾਰਨ ਇਹੀ ਹੈ ਜੀ, ਜੋ ਸੈਂਟਰ ਦੀ ਸਰਕਾਰ ਵੱਲੋਂ ਜਿਹੜੇ ਕਾਲੇ ਕਾਨੂੰਨ ਲਿਆ ਕੇ ਹਾਂਜੀ ਤੇ ਜਿਹੜੀ ਸਾਡੀ ਕਿਸਾਨੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਆ। ਠੀਕ, ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਅਸੀਂ ਸਮਝਦੇ ਹਾਂ ਉਹ ਇਹ ਆ ਕਿ ਕਾਰਪੋਰੇਟ ਘਰਾਣੇ ਆ ਜਿਹੜੇ ਵੱਡੇ ਕੰਪਨੀਆਂ ਵਾ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਜ਼ਮੀਨਾਂ ਵਾ ਇਹਨਾਂ ਦੇ ਹਵਾਲੇ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ। ਠੀਕ, ਸੋ ਇਸ ਕਰਕੇ ਜਿਹੜੇ ਅਡਾਨੀਆਂ ਅੰਬਾਨੀਆਂ ਦੇ ਜਿਹੜੇ ਪ੍ਰੋਜੈਕਟ ਆ ਪੰਜਾਬ ਦੇ ਵਿੱਚ ਲੱਗੇ ਹੋਏ ਪਿਛਲੇ ਦਿਨ ਇੱਕ ਲਹਿਰ ਚੱਲੀ ਹੋਈ ਆ ਕਿ ਇਹ ਜਿਹੜੇ ਵੱਡੇ ਘਰਾਣੇ ਆ ਇਹਨਾਂ ਦੇ ਜਿਹੜੇ ਮਤਲਬ ਹੈਗੇ ਆ ਕਿਤੇ ਵੀ ਕੋਈ ਗੋਦਾਮ ਆ ਕੋਈ ਸੈਲੋ ਬਣੇ ਹੋਏ ਆ ਜਾਂ ਕੋਈ ਹੋਰ ਕਾਰੋਬਾਰ ਆ ਕੋਈ ਮਾਲ ਆ ਉਹਨਾਂ ਦੇ ਖਿਲਾਫ਼ ਜਿਹੜਾ ਪੰਜਾਬ ਦੇ ਲੋਕ ਜਿਹੜੇ ਨੰਗੇ ਧਰ ਹੋ ਕੇ ਲੜਾਈ ਲੜ ਰਹੇ ਆ ਤਾਂ ਜੋ ਇਹ ਕਾਰਪੋਰੇਟ ਘਰਾਣੇ ਆ ਇਹਨਾਂ ਨੂੰ ਨੱਥ ਪਾਈ ਜਾ ਸਕੇ। ਤੇ ਕੀ ਆ ਪ੍ਰੋਗਰਾਮ ਕੱਲ ਦਾ ਫੇਰ, ਮਤਲਬ ਜਿਹੜੀਆਂ ਸਾਰੀਆਂ ਜਥੇਬੰਦੀਆਂ ਹੋਰ ਵੀ ਆ ਰਹੀਆਂ ਜਾਂ ਕਿ ਲੋਕਲ ਲੈਵਲ ਤੇ ਹੀ ਆ?
जिस तरह आईपीडी किसान बचाओ मोर्चा हाँ जी जो कि जिहड़ियां 30 जथेबंदियां उन्हां दे विच वी पूरा उन्हां दे नाल रल के जिहड़ा असीं लड़ाई लड़ रहे हां सो इहदे विच वी जिहड़ियां किसान जथेबंदियां हाँ जी हाँ जी उन्हां सारियां दे सहयोग नाल ही जिहड़ा इह सारा प्रोग्राम हो रहा ठीक सो आम किसान दे सहयोग नाल जथेबंदियां दे सहयोग नाल कोशिश तो यही है की लगातार जरा कल बाकी सवेरे सारा डिसाइड होना ਲਖਵਿੰਦਰ ਸਿੰਘ ਜੀ ਜਿਦਾਂ ਅੱਜ ਕੋਈ ਮੀਟਿੰਗ ਵੀ ਸੀਗੀ ਜਿਦਾਂ ਦਿੱਲੀ ਦੇ ਵਿਚ ਕੀ ਮੀਟਿੰਗ ਕਿਸਾਨਾਂ ਦੀਆਂ ਕਿਹੜੀਆਂ ਜਥੇਬੰਦੀਆਂ ਦੀ ਮੀਟਿੰਗ ਸੀਗੀ ਅੱਜ ਜੀ ਬਿਲਕੁਲ ਅੱਜ ਦਿੱਲੀ ਦੇ ਵਿੱਚ ਆਲ ਇੰਡੀਆ ਦੀਆਂ ਜਿਹੜੀਆਂ 250 ਕਿਸਾਨ ਜਥੇਬੰਦੀਆਂ ਉਹਨਾਂ ਸਾਰਿਆਂ ਦੇ ਜਿਹੜੇ ਨੁਮਾਇੰਦੇ ਸੀ ਉਹਨਾਂ ਦੀ ਅੱਜ ਦਿੱਲੀ ਦੇ ਵਿੱਚ ਇੱਕ ਅਹਿਮ ਮੀਟਿੰਗ ਸੀਗੀ ਠੀਕ ਜਿਹਦੇ ਵਿੱਚ ਇਹ ਕਾਨੂੰਨਾਂ ਨੂੰ ਲੈ ਕੇ ਜਿਹੜੀ ਅਗਲੀ ਰਣਨੀਤੀ ਆ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬਹੁਤ ਤਕੜੇ ਹੋ ਕੇ ਜਿਹੜੀ ਲੜਾਈ ਲੜੀ ਜਾ ਰਹੀ ਸੀ ਉਹਨੂੰ ਦੇਖਦਿਆਂ ਜਿਹੜੇ ਦੂਸਰੇ ਸੂਬੇ ਵੀ ਸੂਬੇ ਆ ਉਹ ਵੀ ਅੱਜ ਸਾਡੇ ਨਾਲ ਖੜੇ ਹੋ ਕੇ ਸਾਰੇ ਹੀ ਬਿਲਕੁਲ ਇੱਕ ਤਾਂ ਆਉਣ ਵਾਲੇ 5 ਨਵੰਬਰ ਨੂੰ ਜਿਹੜਾ ਚੱਕਾ ਜਾਮ ਕਰਨ ਦਾ ਜਿਹੜਾ ਐਲਾਨ ਕੀਤਾ ਗਿਆ ਭਾਰਤ ਦੇ ਵਿੱਚ ਸੋ ਉਸ ਤੋਂ ਬਾਅਦ ਜਿਹੜਾ ਦਿੱਲੀ ਦਾ ਜਿਹੜਾ ਦਿੱਲੀ ਨੂੰ ਘੇਰਨ ਦੀ ਤਿਆਰੀ ਆ ਕਿਸਾਨਾਂ ਤੱਕ ਮੈਸੇਜ ਦੇਣ ਲਈ ਕਿਸਾਨਾਂ ਨੂੰ ਇਕੱਠੇ ਕਰਨ ਲਈ ਜਿਹੜੀ ਅਗਲੀ ਰਣਨੀਤੀ ਐਲਾਨ ਕੀਤੀ ਗਈ ਹੈ ਨਾਲ ਦੀ ਨਾਲ ਹੀ ਮੀਟਿੰਗ ਦੇ ਵਿੱਚ ਇੱਕ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਨੇ ਮਾਲ ਗੱਡੀਆਂ ਸੈਂਟਰ ਸਰਕਾਰ ਨੇ ਬੰਦ ਕਰਨ ਦੀ ਗੱਲ ਕੀਤੀ ਆ ਐਲਾਨ ਕੀਤਾ ਵਾ ਹਾਂਜੀ ਉਹਦਾ ਵੀ ਜਿਹੜਾ ਪੁਰਜ਼ੋਰ ਉੱਤੇ ਵਿਰੋਧ ਕੀਤਾ ਗਿਆ ਸੀ ਮੀਟਿੰਗ ਦੇ ਵਿੱਚ ਅੱਛਾ ਇਹ ਜਿਹੜੀਆਂ ਮਾਲ ਗੱਡੀਆਂ ਦੀ ਗੱਲ ਹੋਈ ਹੈ ਮਤਲਬ ਪਹਿਲਾਂ ਤੋਂ ਆਪ ਸਰਕਾਰ ਪੰਜਾਬ ਸਰਕਾਰ ਕਿਸਾਨਾਂ ਦੇ ਅੱਗੇ ਤਰਲੇ ਕੱਢਦੀ ਸੀ ਕਿ ਤੁਸੀਂ ਇਹ ਖੋਲ ਦਿਓ ਕੋਲਾ ਨਹੀਂ ਆ ਰਿਹਾ ਤੇ ਮਤਲਬ ਬਾਰਦਾਨਾ ਜਾਂ ਹੋਰ ਚੀਜ਼ਾਂ ਖਾਦਾਂ ਖੁਦਾਂ ਜਿਹੜੀਆਂ ਵੀ ਬਹੁਤ ਨੁਕਸਾਨ ਹੋ ਰਿਹਾ ਵੀ ਤੁਸੀਂ ਖੁੱਲ੍ਹ ਦੇ ਦਿਓ ਜੇ ਕਿਸਾਨਾਂ ਨੇ ਮਤਲਬ ਖੁੱਲ੍ਹ ਦਿੱਤੀ ਆ ਤੇ ਸੈਂਟਰ ਗਵਰਨਮੈਂਟ ਨੇ ਹੁਣ ਇਹ ਕਿਉਂ ਬੰਦ ਕਰਤੀਆਂ ਬਹੁਤ ਘਟੀਆ ਸੋਚ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਸੈਂਟਰ ਦੀ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਬਿਆਨ ਦੇ ਕੇ ਇਹੋ ਜਿਹੀਆਂ ਕੁਝ ਜਿਹੀਆਂ ਹਰਕਤਾਂ ਕਰਨਾ ਕਿ ਇੱਕ ਬੰਨੇ ਜਦੋਂ ਕਿਸਾਨ ਜਿਹੜੇ ਸੀਗੇ ਉਹ ਆਪਣੀ ਆਪਣੀ ਗੱਲ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਉਹਨਾਂ ਨੇ ਪਹਿਲਾਂ ਇੱਕ ਅੰਦੋਲਨ ਕੀਤਾ ਸੀ ਰੇਲ ਰੋਕੂ ਅੰਦੋਲਨ ਪਰ ਬਾਅਦ ਦੇ ਵਿੱਚ ਕੁਛ ਸਰਕਾਰਾਂ ਵੱਲੋਂ ਇਹ ਗੱਲ ਸਾਹਮਣੇ ਆਈ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕੋਲੇ ਦੀ ਜਾਂ ਕੋਈ ਹੋਰ ਜ਼ਰੂਰੀ ਵਸਤਾਂ ਉਹਨਾਂ ਦੀ ਸ਼ੋਰਟੇਜ ਚੱਲ ਰਹੀ ਆ ਸੋ ਇਸ ਕਰਕੇ ਜਿਹੜਾ ਕਿਸਾਨਾਂ ਨੂੰ ਮਾਲ ਗੱਡੀਆਂ ਜਿਹੜੀਆਂ ਚੱਲਣ ਦੇਣੀਆਂ ਚਾਹੀਦੀਆਂ ਠੀਕ ਹੈ ਕਿਸਾਨਾਂ ਨੇ ਵੱਡਾ ਮਤਲਬ ਰੱਖਦੇ ਹੋਏ ਮੀਟਿੰਗ ਕਰਕੇ ਉਹਦੇ ਵਿੱਚ ਫੈਸਲਾ ਕੀਤਾ ਕਿ ਠੀਕ ਹੈ ਜਿਹੜੀਆਂ ਮਾਲ ਗੱਡੀਆਂ ਤੁਸੀਂ ਚਲਾਓ ਜਿਹੜੀ ਕੋਈ ਜ਼ਰੂਰੀ ਵਸਤਾਂ ਉਹ ਲੋਕਾਂ ਤੱਕ ਪਹੁੰਚ ਸਕਣ ਹਾਂਜੀ ਹਾਂਜੀ ਪਰ ਸੈਂਟਰ ਨੇ ਕੱਲ ਬਹੁਤ ਹੀ ਜਿਹੜਾ ਘਟੀਆ ਸੋਚ ਦਾ ਪ੍ਰਗਟਾਵਾ ਕਰਦੇ ਹੋਏ ਇਹ ਐਲਾਨ ਕੀਤਾ ਕਿ ਜਿਹੜੀਆਂ ਮਾਲ ਗੱਡੀਆਂ ਉਨੀ ਦੇਰ ਤੱਕ ਨਹੀਂ ਚੱਲਣਗੀਆਂ ਜਿੰਨਾ ਚਿਰ ਤੁਸੀਂ ਜਿਹੜੀਆਂ ਦੂਸਰੀਆਂ ਪੈਸੰਜਰ ਟ੍ਰੇਨਾਂ ਨਹੀਂ ਚੱਲਣ ਦਿੰਦੇ ਅੱਛਾ ਜੀ ਮੈਂ ਸਮਝਦਾ ਕਿ ਇੱਕ ਬਹੁਤ ਹੀ ਘਟੀਆ ਸੋਚ ਆ ਇਸ ਤਰ੍ਹਾਂ ਦੇ ਬਿਆਨ ਦੇ ਕੇ ਜਿਹੜਾ ਸੰਘਰਸ਼ ਨੂੰ ਪਾਰ ਪੇਟੋ ਕਰਨ ਦੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਗੱਲ ਨੂੰ ਲੈ ਕੇ ਵੀ ਤਕਰੀਬਨ ਜਿਹੜੀ 4 ਤਰੀਕ ਨੂੰ ਫਿਰ ਚੰਡੀਗੜ੍ਹ ਦੇ ਵਿੱਚ ਮੀਟਿੰਗ ਰੱਖੀ ਹੈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਅੱਛਾ ਜੀ ਸੋ
जिस तरह सरकार हुण सरकार दा रवैया वा हाँ मैनूं लगदा कि पंजाब दा बच्चा बच्चा पंजाब दा चाहे ओह किसे भी किते नाल जुड़े होण चाहे ओह किसे सियासी पार्टी नाल जुड़े होण ओह सरकार दी इहो जिही नीति दा जिहड़ा सख्त विरोध कर रहे अज दी तरीक च। ये मतलब आपां हुण जिद्दां इत्थों की समझ सकदे आ कि पहला कुछ दिन पहला ते कह रहा बई बिजली बंद हो सकती आ हो सकता ते हुण सरकार खुद ही मतलब इत्ते मतलब ये भी एक जिद्दां धोखा जा चालबाजी लगती है। बिल्कुल जी संघर्ष खत्म करने की जिहड़ियां सरकार दियां कुछ दियां नीतियां जिहड़ियां हैगियां किसी ना किसी तरह जिहड़ा वड्डा संघर्ष चल रहा लोग अपने हक्कां लई जिहड़ा सड़कां ते घरां दे विचों बाहर बैठे आ उन्हां उस संघर्ष नूं खत्म करन दी इक सोची समझी साजिश है। ठीक है लखविंदर सिंह जी आखिर दे विच जिद्दां इह मसला तां हले चली जाणा ते कोई होर खास खबर जां जथेबंदी वल्लों कोई होर सुनेहा देना चाहुंदे हो? बिल्कुल जी मैं जथेबंदी वल्लों यही कहना चाहुंदा कि सेंटर वल्लों जे कानून लिया के साडियां जमीनां नूं दबण दी कोशिश कीती जा रही है सो उहदे लई सानूं तकड़े हो के संघर्ष करन दी लोड़ आ पार्टीबाजी तों उपर उठ के पार्टीबाजी तो उपर उठ के सानू सेंटर के खिलाफ या सरकार नू जगाउण लई जिस तरह भी असीं लड़ाई लड़ सकते हैं उहदे विच अपना बनता जिहड़ा सहयोग जरूर देना चाहीदा तां जो पंजाब जिहड़ा साडे जिहड़े जिमीदार भरा वा जां पंजाब दे विच असीं जिहड़ा खेतीबाड़ी प्रधान सूबा जिस तरह खुशहाल जिंदगी असीं जी रहे हैं इहनू जिउंदे रहण रखण लई अज लोड़ आ सानू इकट्ठे हो के जिहड़ा संघर्ष करन दी पंजाब तो इंटरनेशनल पंथक दल दे प्रधान पंजाब जथेबंदी दे ते उन्होंने दस्या भी कल जिहड़ा उन्होंने वल्लों ਜਿਹੜਾ ਇੱਕ ਸੈਲਰ ਇੱਕ ਮਤਲਬ ਵੱਡਾ ਜਿਹੜਾ ਗੋਦਾਮ ਜਿਹਨੂੰ ਕਹਿੰਦੇ ਆਪਾਂ ਇਹਨਾਂ ਦੇ ਇਲਾਕੇ ਫਿਰੋਜ਼ਪੁਰ ਦੇ ਵਿੱਚ ਅਤੇ ਉਹਦਾ ਜਿਹੜਾ ਕਿਸਾਨ ਬਚਾਓ ਮੋਰਚਾ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਆਈ ਪੀ ਡੀ ਵੱਲੋਂ ਇਹ ਉਹ ਕੱਲ੍ਹ ਨੂੰ ਕਰਾਓ ਕੀਤਾ ਜਾਊਗਾ ਉਹਦਾ ਬੰਦ ਕਰਾਇਆ ਜਾਊਗਾ ਅਤੇ ਇਹ ਗੱਲਬਾਤ ਆਪਾਂ ਕਰ ਰਹੇ ਸੀਗੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਸਾਡੇ ਨੁਮਾਇੰਦੇ ਉੱਥੇ ਭਾਈ ਕਿਰਪਾ ਸਿੰਘ ਜੀ ਜਿਹੜੇ ਮੀਟਿੰਗ ਦੇ ਵਿੱਚ ਹਾਜ਼ਰ ਸਨ ਅਤੇ ਉਹਨਾਂ ਨੂੰ ਆਪਾਂ ਕੋਸ਼ਿਸ਼ ਕਰਦੇ ਹਾਂ ਲੈਣ 'ਤੇ ਲੈਣ ਦੀ ਅਤੇ ਤਾਂ ਜੋ ਆਪਾਂ ਨੂੰ ਪੂਰੀ ਰਿਪੋਰਟ ਜਿਹੜੀ ਆ ਉਹ ਮਿਲ ਸਕੇ ਬਈ ਉਹਨਾਂ ਦੇ ਅੱਜ ਉੱਥੇ ਦਿੱਲੀ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਉੱਥੇ ਕੀ ਹੋਇਆ ਕੀ ਗੱਲਬਾਤ ਹੋਈ ਹੈ ਸਾਰੀ ਗੱਲਬਾਤ ਆਪਾਂ ਉਹਨਾਂ ਨਾਲ ਕਰਾਂਗੇ ਜੇ ਉਹਨਾਂ ਦੇ ਨਾਲ ਕਾਰ ਲੱਗ ਗਈ ਕਈ ਵਾਰੀ ਕਿਉਂਕਿ ਰਸਤੇ ਦੇ ਵਿੱਚ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਖਾਲਸਾ ਜੀ। ਭਾਈ ਕਿਰਪਾ ਸਿੰਘ ਜੀ ਤੁਸੀਂ ਲਾਈਵ ਹੋ ਅਤੇ ਅਸੀਂ ਗੱਲਬਾਤ ਜਿਹੜੀ ਅੱਜ ਹੈ ਤੁਹਾਡੇ ਨਾਲ ਇਹੀ ਕਰਨੀ ਚਾਹੁੰਦੇ ਕਿ ਅੱਜ ਦਿੱਲੀ ਦੇ ਵਿੱਚ ਮੀਟਿੰਗ ਕੀ ਕਿਹੜੇ ਮਸਲੇ 'ਤੇ ਮੀਟਿੰਗ ਸੀਗੀ ਕਿਹਦੀ ਕਿਹਦੀ ਮੀਟਿੰਗ ਸੀ ਅੱਜ ਦਿੱਲੀ ਦੇ ਵਿੱਚ ਤੁਹਾਡੀ ਕਿਸਾਨ ਜਥੇਬੰਦੀਆਂ ਦੀ? ਅੱਛਾ ਜੀ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਸਰਕਾਰ ਨੂੰ ਕਿਵੇਂ ਘੇਰਿਆ ਜਾਵੇ ਖੇਤੀ ਕਾਨੂੰਨਾਂ ਦੇ ਖਿਲਾਫ ਜੋ ਇਹਨਾਂ ਪਾਸ ਕੀਤੇ ਹਨ ਖੇਤੀ ਕਾਨੂੰਨ ਹਾਂਜੀ ਉਸ ਲਈ ਬੜਾ ਇਤਿਹਾਸਕ ਦਿਨ ਹੋ ਕੇ ਨਿਕਲਿਆ ਜੀ। ਅੱਜ ਦਾ ਪੂਰੇ ਭਾਰਤ ਦੀਆਂ 250 ਜਥੇਬੰਦੀਆਂ ਨੇ ਇੱਕ ਮੱਤ ਹੋ ਕੇ ਜਿਹੜਾ ਭਾਰਤ ਸਰਕਾਰ ਦੇ ਖਿਲਾਫ ਐਕਸ਼ਨ ਦੀ ਤਿਆਰੀ ਕੀਤੀ ਆ ਤੇ ਉਸ ਸੰਬੰਧ ਵਿੱਚ ਮੀਟਿੰਗ ਸੀ। ਠੀਕ ਹੈ ਤੇ ਇਹ ਮੀਟਿੰਗ ਦੇ ਵਿੱਚ 250 ਜਥੇਬੰਦੀ ਮਤਲਬ ਜਿਹੜੀਆਂ 30 ਜਥੇਬੰਦੀਆਂ ਪੰਜਾਬ ਦੀਆਂ ਜਾਂ ਹੋਰ ਜਥੇਬੰਦੀਆਂ ਵੀ ਜਾਂ ਸਿਰਫ ਕਿਸਾਨ ਜਥੇਬੰਦੀਆਂ ਹੀ ਸੀਗੀਆਂ ਪੂਰੀ 250 ਜਥੇਬੰਦੀ ਜਿਹੜੀ ਪੂਰੀ ਦੇਸ਼ ਦੀ ਸਾਰੀ ਕਿਸਾਨ ਜਥੇਬੰਦੀਆਂ ਸੀਗੀ 250 ਅੱਛਾ ਔਰ ਇਸ ਤੋਂ ਇਲਾਵਾ ਕਈ ਵੀ ਜਥੇਬੰਦੀਆਂ ਜਿਹੜੀਆਂ ਹੋਰ ਰਹਿ ਗਈਆਂ ਹਾਂ ਪੂਰੇ ਭਾਰਤ ਵਿੱਚ ਨਹੀਂ ਆ ਸਕੀਆਂ ਜਾਂ ਉਹਨਾਂ ਦਾ ਤਾਲਮੇਲ ਨਹੀਂ ਬਣਿਆ ਉਸ ਲਈ ਇੱਕ ਅੱਜ ਪੰਜ ਮੈਂਬਰੀ ਕਮੇਟੀ ਬਣਾਈ ਗਈ ਜਿਹੜਾ ਆਪਣਾ ਜਿਹੜਾ ਅੰਦੋਲਨ ਹੈ ਰੇਲ ਚੱਲ ਰਿਹਾ ਇੱਕ ਕਾਰਪੋਰੇਸ਼ਨ ਧਰਾਣੇ ਕੇ ਬੰਦਾ ਸੀ ਔਰ ਭਾਜਪਾ ਦਾ ਇਹ ਤਾਂ ਕੰਟੀਨਿਊ ਚੱਲੂਗਾ ਉਸ ਤੋਂ ਇਲਾਵਾ ਜਿਹੜਾ ਇਹ ਦਿੱਲੀ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਪੂਰੇ ਭਾਰਤ ਦੇ ਕਿਸਾਨਾਂ ਵੱਲੋਂ 26 ਔਰ 27 ਨਵੰਬਰ ਨੂੰ
ਅੱਛਾ ਜੀ ਤੇ 5 ਨਵੰਬਰ ਨੂੰ ਜਿਹੜਾ ਇਹ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ 12 ਤੋਂ ਲੈ ਕੇ 5 ਵਜੇ ਤੱਕ ਕਰਕੇ ਆਵਾਜ਼ੀ ਬੰਦ ਰੱਖੀ ਜਾਵੇਗੀ ਅੱਛਾ ਜੀ ਉਸ ਤੋਂ ਬਾਅਦ ਵਿੱਚ ਠੀਕ ਹੈ ਜਿਹੜੇ ਬੰਦ ਨੇ ਉੱਤੇ ਸਹਿਮਤੀ ਜਤਾਈ ਔਰ ਉਸ ਤੋਂ ਇਲਾਵਾ ਜਿਹੜੀਆਂ ਜਿਹੜੇ ਬੰਦ ਨੇ ਰਹਿ ਗਿਆ ਸੀ ਉਹਨਾਂ ਜਿਹੜੀ 5 ਮੈਂਬਰੀ ਕਮੇਟੀ ਬਣੀ ਉਹ ਤਾਲਮੇਲ ਕਰਕੇ ਉਸ ਵੀ ਕੀਤੀ ਜਾਵੇ ਉਹਨਾਂ ਨੂੰ ਵੀ ਨਾਲ ਜੋੜ ਕੇ ਜਿਹੜਾ ਭਾਰਤ ਸਰਕਾਰ ਦੀ ਜਿਹੜੀ ਹੈਂਗ ਕਰੇ ਭੰਨੀ ਜਾਵੇ ਇਹ ਕਿਰਪਾ ਸਿੰਘ ਜੀ ਜਿੱਦਾਂ ਪਿਛਲੇ ਦਿਨੀ ਮਤਲਬ ਸਰਕਾਰ ਪੰਜਾਬ ਸਰਕਾਰ ਤੇ ਤਰਲੇ ਕੱਢਦੀ ਸੀ ਕਿ ਤੁਸੀਂ ਕਿਸਾਨਾਂ ਨੂੰ ਬਈ ਰੇਲਾਂ ਤੋਂ ਜਿਹੜਾ ਤੁਸੀਂ ਮਤਲਬ ਉੱਥੇ ਜਾਮ ਲਾਇਆ ਉਹ ਚੱਕ ਲਓ ਬਈ ਜਿਹੜੀਆਂ ਮਾਲ ਗੱਡੀਆਂ ਆਉਣੀਆਂ ਆ ਤੇ ਤੁਸੀਂ ਕਿਰਪਾ ਕਰੋ ਤੇ ਜਦੋਂ ਜਥੇਬੰਦੀਆਂ ਨੇ ਇਹਦੇ ਤੇ ਸਹਿਮਤਾ ਦਿਖਾਈ ਆਪਣੇ ਮੋਰਚੇ ਦਾ ਢੰਗ ਤਰੀਕਾ ਬਦਲਿਆ ਤੇ ਜਿਹੜੀਆਂ ਉੱਥੋਂ ਰੇਲਾਂ ਤੋਂ ਮਤਲਬ ਉਹਨਾਂ ਨੂੰ ਆਉਣ ਜਾਣ ਦੀ ਖੁੱਲ੍ਹ ਦੇ ਦਿੱਤੀ ਤੇ ਹੁਣ ਜਿਹੜਾ ਮਤਲਬ ਜਿਹੜਾ ਕੇਂਦਰ ਸਰਕਾਰ ਆ ਗਵਰਨਮੈਂਟ ਆ ਉਹ ਮਹਾਂ ਦੇ ਆਟੇ ਵਾਂਗ ਅਕੜ ਗਈ ਆ ਕਹਿੰਦੀ ਨਹੀਂ ਅਸੀਂ ਭੇਜਣੀਆਂ ਹੀ ਨਹੀਂ ਗੱਡੀਆਂ ਵੇਖੋ ਜੀ ਜੀ ਬਿਲਕੁਲ ਕਿਸਾਨਾਂ ਨੂੰ ਬਦਨਾਮ ਕਰਨ ਲਈ ਇਹ ਬੜੀ ਗੰਦੀ ਹਰਕਤ ਖੇਡੂ ਦੀ ਭਾਜਪਾ ਸਰਕਾਰ ਵੱਲੋਂ ਸੈਂਟਰ ਗਵਰਨਮੈਂਟ ਨੂੰ ਜਿਹੜਾ ਕਿਸਾਨਾਂ ਨੂੰ ਬਦਨਾਮ ਕੀਤਾ ਜਾਵੇ ਜਿਹੜੀਆਂ ਪੰਜਾਬ ਤੋਂ ਮਾਲ ਗੱਡੀਆਂ ਕਿਉਂਕਿ ਸਾਰੇ ਟਰੈਕ ਮਾਲ ਗੱਡੀਆਂ ਕਿਸਾਨਾਂ ਨੇ ਪਹਿਲਾਂ ਹੀ ਖਾਲੀ ਕੀਤੇ ਹੋਏ ਨੇ ਮਤਲਬ ਇਹਦੇ ਲਈ ਕਸੂਰਵਾਰ ਹੈ ਮਤਲਬ ਸੈਂਟਰ ਗਵਰਨਮੈਂਟ ਮਤਲਬ ਪਹਿਲਾਂ ਤਾਂ ਕਹਿੰਦੇ ਸੀ ਜੀ ਜੇ ਕੋਲਾ ਨਾ ਆਇਆ ਤਾਂ ਬਿਜਲੀ ਬੰਦ ਹੋ ਜਾਣੀ ਆ ਹੋ ਜਾਣਾ ਤੇ ਹੁਣ ਉਹ ਗੱਲਾਂ ਕਿੱਥੇ ਗਈਆਂ ਦੇਖੋ ਜੀ ਮੈਂ ਤੁਹਾਨੂੰ ਸਿੱਧੀ ਗੱਲ ਦੱਸ ਦਵਾਂ ਕਿ ਇਸ ਵਕਤ ਜਿਹੜਾ ਮੋਦੀ ਸਰਕਾਰ ਹੈ ਭਾਜਪਾ ਗਵਰਨਮੈਂਟ ਇਹ ਬਿਲਕੁਲ ਹਿਟਲਰ ਦਾ ਰੂਪ ਧਾਰ ਲਈ ਸੀ ਅੱਛਾ ਔਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਠੀਕ ਔਰ ਜੋ ਇਹਨਾਂ ਨੂੰ ਕਾਰਪੋਰੇਟ ਘਰਾਣੇ ਜੋ ਇਹਨਾਂ ਦਾ ਰਿਮੋਟ ਨੱਪਦੇ ਨੇ ਉਵੇਂ ਚੱਲਦੇ ਨੇ ਇੱਥੇ ਸਰਕਾਰ ਨਾਲ ਵੀ ਆਸੋ ਤੇ ਕੋਈ ਚੀਜ਼ ਨਹੀਂ ਦੋਸਤਾਂ ਦੇ ਵਿੱਚ ਹਾਂ ਜੇ ਦੇਖਿਆ ਜਾਵੇ ਤੇ ਅਡਾਨੀ ਬਾਨੀ ਜਾਂ ਜੋ ਇਸ ਤੋਂ ਇਲਾਵਾ ਹੋਰ ਵੀ ਪ੍ਰਾਈਵੇਟ ਘਰਾਣੇ ਨੇ ਇੰਨਾ ਇਹਨਾਂ ਦਾ ਕਬਜ਼ਾ ਹੋਣ ਜਾ ਰਿਹਾ ਜੀ ਆਪਣੇ ਕਿਰਪਾ ਸਿੰਘ ਜੀ ਜਿੱਦਾਂ ਅੱਜ ਕੀ ਫੈਸਲੇ ਜਿਹੜੇ ਅਹਿਮ ਜਿਹਨਾਂ ਨੂੰ ਮਤਲਬ ਪਬਲਿਕ ਚ ਜਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸਣਾ ਚਾਹੁੰਦੇ ਹੋ ਜਿਹੜੇ ਅੱਜ 250 ਜਥੇਬੰਦੀਆਂ ਨੇ ਕਿਹੜੇ ਅਹਿਮ ਫੈਸਲੇ ਲਏ ਨਾਰਾ ਉਸ ਤੇ
ਸ਼ਹੀਦ ਕੀਤਾ ਜਾਊਗਾ ਉੱਥੇ ਆਪਣੇ ਪਿੰਡਾਂ ਵਿੱਚ ਆਪਣੇ ਕਿਸਾਨਾਂ ਨੂੰ ਪਿਆਰ ਕਰਕੇ ਪੂਰੇ ਭਾਰਤ ਵਿੱਚ, ਕਿਉਂਕਿ ਅੱਜ ਜਿਹੜਾ ਮੀਟਿੰਗ ਦੇ ਵਿੱਚ ਪੰਜਾਬ ਤੋਂ ਇਲਾਵਾ ਰਾਜਸਥਾਨ, ਯੂਪੀ ਔਰ ਉੱਤਰਾਖੰਡ, ਝਾਰਖੰਡ, ਮਤਲਬ ਪੂਰੇ ਭਾਰਤ ਦੇ ਕਿਸਾਨ ਆਗੂ ਪਹੁੰਚੇ ਹੋਏ ਸੀ ਔਰ ਸਾਰਿਆਂ ਨੇ ਉੱਥੇ ਇਕਰਾਰ ਕੀਤਾ ਕਿ ਅਸੀਂ ਤੁਹਾਡੇ ਅੰਦੋਲਨ ਦੇ ਨਾਲ ਬਿਲਕੁਲ ਖੜੇ ਆ, ਜਿੱਥੇ ਸਾਨੂੰ ਪੰਜਾਬ ਪ੍ਰੋਗਰਾਮ ਦੇ ਕੇ ਸਾਨੂੰ ਬੁਲਾਊਗਾ ਅਸੀਂ ਉੱਥੇ ਖੜਾਂਗੇ, ਪੂਰਨ ਸਮਰਥਨ ਦਿਆਂਗੇ। ਤੇ ਜਿਹੜੀ ਅੱਜ ਦੀ ਮੀਟਿੰਗ ਹੈ, ਜਿੱਦਾਂ ਇਹ ਕਿਹਦੀ ਪ੍ਰਧਾਨਗੀ, ਪੰਜਾਬ ਦੇ ਕਿਸਾਨਾਂ ਦੀ ਪ੍ਰਧਾਨਗੀ ਥੱਲੇ ਹੋਈ ਜਾਂ ਕੋਈ ਸਾਂਝੇ ਰੂਪ ਦੇ ਵਿੱਚ ਹੋਰ ਕਿਸੇ ਨੇ ਪ੍ਰਧਾਨਗੀ ਕੀਤੀ? ਜਿਹੜੀ ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਕਿਹਦੇ ਥੱਲੇ ਮੀਟਿੰਗ ਹੋਈ ਹੈ, ਇਹ ਮੀਟਿੰਗ ਦਾ ਜਿੱਦਾਂ ਮੀਟਿੰਗ ਨੂੰ ਹੋਲਡ ਕਿਹਨੇ ਕੀਤਾ? ਇਹ ਅੱਜ ਜਿਹੜੇ ਜੀ ਕੰਮ ਦੇ ਜਿਹੜੇ ਆਪਣੇ ਚੁਣੇ ਗਏ ਕਮੇਟੀ ਮੈਂਬਰ, ਹਾਂਜੀ, ਤਾਲਮੇਲ ਕਰੂਗੀ ਔਰ ਜਿਹੜੀਆਂ ਜਥੇਬੰਦੀਆਂ ਜਿੰਨੀ ਆਈਆਂ ਇੱਕ ਮਹੀਨੇ ਦੇ ਵਿੱਚ ਉਹਨਾਂ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਸਾਥ ਲਿਆ ਜਾਵੇ। ਠੀਕ ਆ। ਤੇ ਜਿਹੜੇ ਗੁਰਨਾਮ ਸਿੰਘ ਹਰਿਆਣੇ, ਮੈਂ ਦੱਸ ਰਿਹਾ ਸੀ ਇੱਥੇ ਪੰਜ ਬੰਦੇ ਜਿਹੜੇ ਨੇ ਆਪਣੇ ਕਿਸਾਨ ਆਗੂ ਜਿਹੜੇ ਕਮੇਟੀ ਜਿਹੜੇ ਗੁਰਨਾਮ ਸਿੰਘ ਹਰਿਆਣੇ ਤੋਂ ਨੇ, ਹਾਂਜੀ, ਇੱਕ ਪੀ ਐਮ ਸਿੰਘ ਦਿੱਲੀ ਤੋਂ, ਇੰਦਰ ਯਾਦਵ ਦਿੱਲੀ ਤੋਂ, ਤੇ ਬਲਵੀਰ ਸਿੰਘ ਰਾਜੇ ਵਾਲੇ ਪੰਜਾਬ ਤੋਂ ਜੀ, ਇੱਕ ਰਾਜੂ ਛੇਤੀ ਹੈ ਜੀ ਐਮ ਪੀ ਤੋਂ, ਮੱਧ ਪ੍ਰਦੇਸ਼ ਤੋਂ। ਮੱਧਿਆ ਪ੍ਰਦੇਸ਼, ਠੀਕ ਹੈ। ਮਤਲਬ ਵੱਖ 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 ਸੂਬਿਆਂ ਦੇ ਮਤਲਬ ਜਿਹੜੇ ਆ ਆਗੂ ਅੱਗੇ ਲੈ ਗਏ ਆ, ਪੰਜ ਅਲੱਗ ਅਲੱਗ ਸੂਬਿਆਂ ਤੋਂ ਲੈ ਕੇ ਔਰ ਕਮੇਟੀ ਬਣਾਈ ਗਈ, ਕਿਉਂਕਿ ਸਾਰਾ ਦੇਖ ਰੇਖ ਬਣਾਜੇ ਰੱਖਣਾ ਆਪਣੇ ਆਪਣੇ ਸਟੇਟਾਂ ਨਾਲ, ਔਰ ਇੱਕ ਦੂਜੇ ਸਟੇਟਾਂ ਨਾਲ ਆਉਣ ਵਾਲੇ ਜਿਹੜੇ ਪ੍ਰੋਗਰਾਮ ਉਹਨੂੰ ਕਿਵੇਂ ਸਫਲ ਬਣਾਇਆ ਜਾਵੇ, ਔਰ ਜਿਹੜਾ ਸਭ ਤੋਂ ਮੇਨ ਇਹਨਾਂ ਦੀ ਜ਼ਿੰਮੇਵਾਰੀ ਇਹ ਲਾਈ ਗਈ ਜਿਹੜੀਆਂ ਜਥੇਬੰਦੀਆਂ ਅੱਜ ਨਹੀਂ ਪਹੁੰਚ ਸਕੀਆਂ, ਹਾਂਜੀ, ਕਿਸੇ ਮੱਤ ਭੇਟੇ ਕਾਰਨ 250 ਤੋਂ ਇਲਾਵਾ ਜਿਹੜੀਆਂ ਹੋਰ ਜਥੇਬੰਦੀਆਂ ਉਹਨਾਂ ਨਾਲ ਵੀ ਗੱਲ ਕਰਕੇ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੂੰ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਕੀਤਾ ਜਾਵੇ, ਔਰ ਮੋਦੀ ਦੇ ਸਰਕਾਰ ਦੇ ਜਿਹੜੇ ਪੈਰਾਂ ਦੇ ਥੱਲੇ ਅੱਗ ਬਾਲੋ ਜੀ, ਹੁਣ ਕਿਸਾਨ ਬਿਲਕੁਲ ਤਿਆਰ ਹੈ ਜੀ। ਠੀਕ ਹੈ। ਕਿਰਪਾ ਸਿੰਘ ਜੀ, ਜਿੱਦਾਂ ਕੱਲ ਵੀ ਇੱਕ ਤੁਹਾਡੇ ਮਤਲਬ ਆਪਣੇ ਇਲਾਕੇ 'ਚ ਤੁਸੀਂ ਇਹ ਇੱਕ ਪ੍ਰੋਗਰਾਮ ਲਿਖਿਆ ਹੋਇਆ, ਉਹਦੇ ਬਾਰੇ ਅਸੀਂ ਪ੍ਰਧਾਨ ਲਖਵਿੰਦਰ ਸਿੰਘ ਨਾਲ ਵੀ ਗੱਲ ਕੀਤੀ ਆ, ਲੇਕਿਨ ਤੁਸੀਂ ਤੁਹਾਨੂੰ ਉਹਦੇ ਬਾਰੇ ਵੀ ਕੁਝ ਕਹਿਣਾ ਚਾਹੁੰਦੇ, ਜਿਹੜਾ ਮਤਲਬ ਤੁਸੀਂ ਕੋਈ ਸੈਲਰ ਜਿਹੜਾ ਅਡਾਨੀ ਦਾ ਉਹਨੂੰ ਉਹਦੇ ਬਾਰੇ ਪ੍ਰੋਟੈਸਟ ਆ ਕੱਲ ਨੂੰ? ਦੇਖੋ ਜੀ, ਜਿਹੜਾ ਸਭ ਤੋਂ ਵੱਡਾ ਇਹ ਅੰਦੋਲਨ ਸ਼ਾਂਤੀਪੂਰਕ ਪੰਜਾਬ ਵਿੱਚ ਚੱਲ ਰਿਹਾ ਔਰ ਇਸ ਦੇ ਵਿੱਚ ਕਿਸੇ ਵੀ ਜਿਹੜਾ ਆਮ ਬੰਦੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜੀ। ਸਭ ਤੋਂ ਵੱਡਾ ਇਸ ਅੰਦੋਲਨ ਦਾ ਜਿਹੜਾ ਇਹ ਸਫਲ ਕਦਮ ਆ, ਉਸ ਦੇ ਮੱਦੇਨਜ਼ਰ ਜਿਹੜੇ ਕਾਰਪੋਰੇਟ ਘਰਾਂ ਨੇ ਉਹਨਾਂ ਨੂੰ ਘੇਰਿਆ ਜਾ ਰਿਹਾ ਹੈ। ਠੀਕ ਹੈ। ਅੱਛਾ, ਉੱਥੇ ਰੱਖਣ ਦਾ ਕੀ ਮਤਲਬ ਹੈ? ਉਹਨਾਂ ਨੂੰ ਮਤਲਬ ਬਾਅਦ ਚ ਮਹਿੰਗਾ ਵੇਚਣ ਵਾਸਤੇ ਜਾਂ ਕੀ ਕਰਨ ਨੂੰ ਉਹਨਾਂ ਨੂੰ ਸਟੋਰ ਕੀਤਾ ਜਾਂਦਾ? ਕਿਰਪਾ ਸਿੰਘ ਜੀ, ਕੋਈ ਹੋਰ ਅੱਜ ਦਿੱਲੀ ਦੀ ਮੀਟਿੰਗ ਦੀ ਜਾਂ ਤੁਹਾਡੇ ਵੱਖ ਵੱਖ ਬੰਦਿਆਂ ਨਾਲ ਤੁਹਾਡੇ ਆਪਣੇ ਵੀ ਵਿਚਾਰ ਹੋਏ ਹੋਣਗੇ, ਕੋਈ ਗੱਲ ਮੈਂ ਨਹੀਂ ਪੁੱਛੀ ਜਿਹੜੀ ਅੱਜ ਦੀ ਮੀਟਿੰਗ ਦੇ ਬਾਰੇ ਰਹਿ ਗਈ ਹੋਵੇ ਦੱਸਣਾ ਚਾਹੁੰਦੇ ਤੇ ਦੱਸ ਸਕਦੇ? ਬਿਲਕੁਲ ਜੀ, ਅੱਜ ਤਾਂ ਜਿਹੜੀ ਮੀਟਿੰਗ ਹੋਈ ਉਸ ਖਾਸ ਮੇਨ ਇਹੀ ਸੀ ਕਿ ਜਿਹੜੀਆਂ ਆਪਣੀਆਂ ਅਰਵੇਲਾਂ ਜਿਹੜਾ ਤੁਹਾਨੂੰ ਆਦਮੀ ਦੱਸ ਦਈਏ ਕਿ ਜਿਹੜੀਆਂ ਅੱਜ ਭਾਰਤ ਸਰਕਾਰ ਨੇ ਪੰਜਾਬ ਚ ਮਾਲ ਸਿੰਡੀਆਂ ਆਪਣੇ ਤੌਰ ਤੇ ਬੰਦ ਕੀਤੀਆਂ ਨੇ, ਉਸ ਦੇ ਰੋਸ ਵਜੋਂ ਜਿਹੜਾ ਪੰਜ ਨੂੰ ਭਾਰਤ ਬੰਦ ਦਾ ਜਿਹੜਾ ਐਲਾਨ ਹੈ ਉਹ ਵੀ ਇਸੇ ਮੱਦੇਨਜ਼ਰ ਤੇ ਰੱਖਿਆ ਗਿਆ ਪੂਰੇ ਭਾਰਤ ਵਿੱਚ, ਉਸ ਦੇ ਰੋਸ ਵਜੋਂ ਕਿ ਜਦੋਂ ਕਿਸਾਨਾਂ ਨੇ ਪੰਜਾਬਦਿਆਂ ਨੇ ਟੈਗ ਖਾਲੀ ਕੀਤੇ ਤੇ ਭਾਰਤ ਸਰਕਾਰ ਨੇ ਕੋਈ ਗਲਤ ਫੈਸਲਾ ਕੀਤਾ, ਉਸ ਦੇ ਰੋਸ ਵਜੋਂ ਵੀ ਜਿਹੜਾ ਭਾਰਤ ਬੰਦ ਰੱਖਿਆ ਜਾਊਗਾ ਜੀ। ਠੀਕ ਹੈ। ਬਹੁਤ ਬਹੁਤ ਧੰਨਵਾਦ ਜੀ ਕਿਰਪਾ ਸਿੰਘ ਜੀ, ਤੁਹਾਡਾ ਕਿ ਤੁਸੀਂ ਸਮਾਂ ਦਿੱਤਾ, ਮਿਹਰਬਾਨੀ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਦਰਸ਼ਕੋ, ਇਹ ਸਨ ਭਾਈ ਕਿਰਪਾ ਸਿੰਘ ਜੀ, ਜੋ ਕਿਸਾਨ ਬਚਾਓ ਮੋਰਚਾ ਇੰਟਰਨੈਸ਼ਨਲ ਪੰਥਕ ਦਲ ਉਹਦੇ ਪ੍ਰਧਾਨ ਪੰਜਾਬ ਦੇ, ਜਿਹੜੇ ਅੱਜ ਦਿੱਲੀ ਦੇ ਵਿੱਚ ਇੱਕ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਸਨ। ਉਹ ਮੀਟਿੰਗ ਦਾ ਪੂਰਾ ਵੇਰਵਾ ਉਹਨਾਂ ਨੇ ਦਿੱਤਾ, ਆਪਾਂ ਨੂੰ ਪੂਰੀ ਗੱਲਬਾਤ ਕੀਤੀ ਆ, ਅਤੇ ਉਹਨਾਂ ਨਾਲ ਆਪਾਂ ਜਿਹੜੀ ਗੱਲਬਾਤ ਕਰ ਰਹੇ ਸੀ ਤੁਸੀਂ ਸੁਣੇ ਲਈ ਆ ਸਾਰੀ ਗੱਲਬਾਤ, ਅਤੇ ਹੋਰ ਵੀ ਜਿਹੜੇ ਮਸਲੇ ਆ, ਹੋਰ ਖਬਰਾਂ ਆ ਪੰਜਾਬ ਦੀਆਂ, ਉਹਨਾਂ ਦੇ ਬਾਰੇ ਵੀ ਗੱਲਬਾਤ ਕਰਾਂਗੇ। ਜਿਵੇਂ ਕੱਲ੍ਹ ਇੱਕ ਅਸੀਂ ਜਿਹੜਾ ਆਵਾਜਾਈ ਕੌਮ 'ਤੇ ਮਸਲਾ ਲੈ ਕੇ ਆਏ ਸੀ ਕਿ ਕੋਈ ਜਿਹੜਾ ਵਿਅਕਤੀ ਆ ਉਹ ਇਹ ਗੁਰੂ ਗੋਬਿੰਦ ਸਿੰਘ ਬਣਨ ਦੀ ਕੋਸ਼ਿਸ਼ ਕਰ ਰਿਹਾ ਕਿ ਮੇਰੇ 'ਚ ਰੂਹ ਆ ਰਹੀ ਆ, ਆਹ ਹੋ ਰਿਹਾ, ਜੇ ਹੋ ਰਿਹਾ, ਵੋ ਹੋ ਰਿਹਾ, ਉਹ ਗੱਲਾਂ ਬਾਤਾਂ ਕੀਤੀਆਂ। ਇੱਕ ਮਸਲਾ ਇਹੋ ਜਿਹਾ ਹੋ ਰਿਹਾ ਜਿਹਦੇ ਬਾਰੇ ਜਾਣਕਾਰੀ ਦੇਣਗੇ, ਸਾਡੇ ਨਾਲ ਜੁੜੇ ਹੋਏ ਹਨ ਭਾਈ ਸੁਰਿੰਦਰ ਸਿੰਘ ਜੀ ਠੀਕਰੀਵਾਲ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸੁਰਿੰਦਰ ਸਿੰਘ ਜੀ, ਜਿਹੜਾ ਇੱਕ ਖਬਰ ਮਤਲਬ ਅਸੀਂ ਦੇਖੀ ਆ ਸੋਸ਼ਲ ਮੀਡੀਆ 'ਤੇ ਵੀ ਆ ਰਹੀ ਆ, ਤੁਸੀਂ ਵੀ ਗੱਲਬਾਤ ਕੀਤੀ ਉਹਦੇ ਬਾਰੇ, ਕਿ ਕੋਈ ਜ਼ਮੀਨ ਆ ਜਿਹੜੀ ਜ਼ਮੀਨ ਦਾ ਮਤਲਬ ਜਿਹੜੀ ਆ ਗੁਰੂ ਘਰ ਦੀ ਜ਼ਮੀਨ ਸੀ ਉਹ ਸਾਰੀ ਉੱਤੇ ਕਬਜ਼ਾ ਕਰ ਲਿਆ ਆਪਣਾ, ਜਿੱਥੇ ਨਿਸ਼ਾਨ ਸਾਹਿਬ ਲੱਗਾ ਸੀ ਜਾਂ ਗੁਰੂ ਗ੍ਰੰਥ ਸਾਹਿਬ ਜਿੱਥੇ ਪ੍ਰਕਾਸ਼ ਕਰਦੇ ਸੀ, ਜਗ੍ਹਾ ਵੀ ਉਹ ਢਾਹ ਢੂਹ ਕੇ ਜਿੱਦਾਂ ਉਹਨੂੰ ਵੀ ਵਾਹੁਣ ਲੱਗ ਪਿਆ। ਕੀ ਆ ਪੂਰੀ ਸਟੋਰੀ ਅਤੇ ਕਿੱਥੋਂ ਦੀ ਇਹ ਗੱਲ ਆ? ਸਭ ਤੋਂ ਪਹਿਲਾਂ ਆਵਾਜ਼ ਕੌਮ ਦੇ ਸਾਰੇ ਦਰਸ਼ਕਾਂ ਨੂੰ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਪਹਿਲਾਂ ਇਹ ਜਿਹੜੀ ਗੱਲ ਹੈ ਜੀ, ਇਹ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਅਹਿਮਦਗੜ੍ਹ ਦੇ ਪਿੰਡ ਸੌਂਦਾ ਸਿੰਘ ਹੈ ਜੀ। ਅੱਛਾ ਜੀ। ਤੇ ਉੱਥੇ ਇੱਕ ਪਰਿਵਾਰ ਸੀ, ਗੁਰੂ ਗੋਬਿੰਦ ਪਰਿਵਾਰ, ਮਾਤਾ ਗੁਰਦੇਵ ਕੌਰ ਜੀ। ਅੱਛਾ ਜੀ। ਉਹਨਾਂ ਨੇ 1972 ਦੇ ਵਿੱਚ ਆਪਣੀ ਜ਼ਮੀਨ ਦੇ ਵਿੱਚ, ਚੰਗੀ ਉਹਨਾਂ ਕੋਲ 70 ਕਿੱਲੇ ਜ਼ਮੀਨ ਸੀਗੀ, ਉਹਨਾਂ ਨੇ 5 ਕਿੱਲੇ ਜ਼ਮੀਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਬਾ ਸੱਚੇ ਪਾਤਸ਼ਾਹ ਦੇ ਨਾਮ ਲਿਖਵਾ ਕੇ ਦਾਨ ਦੇ ਹਨ। ਅੱਛਾ। ਤੇ ਉਹ ਜਿੰਨਾ ਚਿਰ ਤੇ ਮਾਤਾ ਦੇ ਆਉਂਦੇ, ਪਹਿਲਾਂ ਤਾਂ ਉੱਥੇ ਗੁਰੂ ਘਰ ਬਣ ਗਿਆ, ਉੱਥੇ ਇੱਕ ਕਮਰਾ ਸੀ ਤੇ ਇੱਕ ਛੋਟਾ ਜਿਹਾ ਮੰਦਿਰ ਵਾਸਤੇ ਬਣਾਇਆ ਸੀ। ਅੱਛਾ। ਖੇਤ ਦੇ ਵਿੱਚ ਸੀਗਾ, ਪਿੰਡ 1.5 ਕਿਲੋਮੀਟਰ ਬਾਹਰ। ਠੀਕ ਆ। ਤੇ ਉਹ ਜਦੋਂ ਫਿਰ ਕਾਲਕੂ ਲਹਿਰ ਬਹੁਤ ਜ਼ਿਆਦਾ ਸਰਗਰਮ ਸੀ, ਉਦੋਂ ਫਿਰ ਉੱਥੇ ਗ੍ਰੰਥੀ ਸਿੰਘ ਪੱਲਾ ਰਹਿੰਦਾ ਸੀ, ਪੁਲਿਸ ਵਗੈਰਾ ਤੰਗ ਕਰਦੀ ਸੀਗੀ, ਤੇ ਉਦੋਂ ਫਿਰ ਵਿਚਾਰ ਕਰਕੇ ਜਿਹੜਾ ਗੁਰੂ ਸਾਹਿਬ ਦਾ ਦੂਤ ਸੀਗਾ ਉਹ ਪਰਿਵਾਰ ਨੇ ਆਪਣੇ ਘਰ ਲਿਆਂਦਾ। ਅੱਛਾ ਜੀ। ਜਿਹਨਾਂ ਨੇ ਜ਼ਮੀਨ ਦਾਨ ਕੀਤੀ। ਠੀਕ। ਤੇ ਠੀਕ ਹੈ ਜੀ। ਉਹਤੋਂ ਬਾਅਦ ਕੀ ਹੁੰਦਾ ਵੀ ਫਿਰ ਉਹਨਾਂ ਦੀ ਜਿਹੜੀ ਮਾਤਾ ਸੀਗੀ, ਜਿਹੜੀ ਉਦੋਂ ਉਹ ਮਾਤਾ ਦੇ ਬੇਟਾ ਖੋਜਦਾ ਸੀ, ਦੋ ਬੇਟੀਆਂ ਸੀ। ਅੱਛਾ ਜੀ। ਤੇ ਦੋ ਬੇਟੀਆਂ ਸੀ ਤੇ ਉਹਨਾਂ ਨੇ ਕੀ ਕੀਤਾ ਵੀ ਇੱਕ ਜਿਹੜਾ ਬੇਟਾ ਸੀ ਉਹਨਾਂ ਦਾ ਵੈਸੇ ਤਾਂ ਕੈਨੇਡਾ ਦੇ ਵਿੱਚ ਕਦੀ ਰਹਿੰਦਾ ਹੈਗਾ, ਪਤਿੰਦਰ ਸਿੰਘ ਢਿੱਲੋਂ ਦਾ ਨਾਂ ਹੈਗਾ, ਪਰ ਵੈਸੇ ਹੁਣ ਉਹ ਜ਼ਿਆਦਾਤਰ ਪੰਜਾਬ ਹੀ ਰਹਿੰਦਾ ਹੈਗਾ। ਤੇ ਉਹ ਨਾ ਫਿਰ ਉਹ ਆਪਦੇ ਸਹੁਰੇ ਘਰ ਇੱਥੇ ਸੌਂਦਾ ਸਿੰਘ ਵਾਲੇ ਰਹਿਣ ਲੱਗ ਗਿਆ। ਅੱਛਾ। ਤੇ ਉਹਨੇ ਪਹਿਲਾਂ ਕਿਉਂਕਿ ਸਲੂਕਾ ਚਲੋ ਉਦੋਂ ਹਲਾਤਾਂ ਕਰਕੇ ਲਿਆਂਦੇ ਸੀਗੇ, ਫਿਰ 1999 ਦੇ ਵਿੱਚ ਉਹ ਮਾਤਾ ਜੀ ਚੜ੍ਹਾਈ ਕਰ ਗਈ। ਅੱਛਾ। ਜਦੋਂ ਸਰੂਪ ਉੱਥੋਂ ਲੈ ਆਉਂਦਾ ਸੀਗਾ ਤੇ ਜਿਹੜੀ ਜ਼ਮੀਨ ਸੀ ਉਹ ਫਿਰ ਟੇਕੇ ਚ ਦੇਣ ਲੱਗ ਗਏ, ਜਿੰਨੀ ਉਹਦੀ ਇਨਕਮ ਆਉਂਦੀ ਸੀਗੀ ਉਹ ਜਿਹੜਾ ਟੇਕਾ ਵਗੈਰਾ ਸੀ ਉਹ ਮਾਤਾ ਪਿੰਡ ਦੇ ਸਾਂਝੇ ਕੰਮਾਂ ਤੇ ਲਾ ਦਿੰਦੀ ਜਾਂ ਪਿੰਡ ਦੇ ਵਿੱਚ ਕਿਸੇ ਹੋਰ ਗੁਰੂ ਘਰ ਦੇ ਦਿੰਦੀ ਸੀਗੀ। ਠੀਕ ਹੈ। ਤੇ ਜਦੋਂ ਫਿਰ ਮਾਤਾ ਜੀ ਚੜ੍ਹਾਈ ਕਰ ਗਏ ਫਿਰ ਉਹਨਾਂ ਦੇ ਜਿਹੜਾ ਜਵਾਈ ਸੀਗਾ ਸਿਕੰਦਰ ਸਿੰਘ ਉਹਨੇ ਫਿਰ ਜੀਜਾ ਕਰ ਲਿਆ, ਹੌਲੀ ਹੌਲੀ ਕਹਿੰਦਾ ਜੀ ਆਪਾਂ ਨਵਾਂ ਕਮਰਾ ਪਾਉਂਦੇ ਹਾਂ, ਆਪਾਂ ਵੱਡਾ ਦਰਬਾਰ ਸਾਹਿਬ ਬਣਾਵਾਂਗੇ, ਇਹ ਨੀ ਹਿਸਾਬ ਆ, ਫਿਰ ਉਹਨਾਂ ਨੇ ਉਹ ਜ਼ਮੀਨ ਪੇਪਰ ਤੇ ਦੇਣੀ ਸ਼ੁਰੂ ਕਰਤੀ। 2003 ਤੋਂ ਲੈ ਕੇ 2020 ਤੱਕ ਕੋਈ ਜ਼ਮੀਨ ਪੇਪਰ ਤੇ ਜਾਂਦੀ ਹੈ, ਜਿਹਦਾ ਪੇਪਰ 50,000 ਕਿੱਲਾ ਲੈਣ 2.5 ਲੱਖ ਰੁਪਇਆ ਆਉਂਦਾ ਹੈ ਨਾ। ਅੱਛਾ ਜੀ। ਤੇ ਉਹ ਹੁਣ ਕੀ ਹੋਇਆ ਫਿਰ ਦੋ ਕੁ ਸਾਲ ਪਹਿਲਾਂ ਉਹਨੂੰ ਐਂ ਹੋ ਗਿਆ ਵੀ ਹੁਣ ਜੋਤੀ ਤੇ ਗੱਲ ਕਰਨ ਹਟ ਗਏ ਜੀ, ਉੱਥੇ ਗੁਰੂ ਘਰ ਹੁੰਦਾ ਸੀ ਐਂ ਹੁੰਦਾ ਸੀ, ਉਹਨੇ ਸੋਚਿਆ ਵੀ ਕਿਉਂ ਨਾ ਵੀ ਜਿਹੜੇ ਇੱਕ ਨਿਸ਼ਾਨੀ ਰਹਿ ਗਈ ਨਿਕਾਲ ਕੇ ਨਿਕਾਲ ਦਿੱਤੀ ਜਾਵੇ। ਕੁਝ ਸਮਾਂ ਪਹਿਲਾਂ
अच्छा जी सारी गल बात गल कर दे मसला हल होने वाला है खिलाफ फिर आप अकाल तख्त साहब से सिखा धार्मिक भावनावा बचा एप्लीकेशन दी थी फिर अकाल तख्त साहब तो मौके की इजाजत सारे सबूत बना के सामने रखे तो सिंह साहब वैज्ञानिक हरजीत सिंह होना ने एक सब कमेटी बना दी है वो सब कमेटी सैटरडे न बनी थी कल या परसों उन्होंने एक एक पिंड के लिए आना इलाके आना सारी रिपोर्ट इकट्ठी करनी है कितने गिरफ्तार होता है क्योंकि वो जो इंसान साहब खड़ा तो आई है ना नाम की जिम्मेवार गुरु ग्रंथ पंथ की गल करे प्रचार करे बच्चा चिट्ठिया जोड़े गुरुआ कहे की सेवा ला दिखी जाए ठीक है सुरिंदर सिंह जी पहला कमेटी जिदा हुण पहला इनक्वायरी करूगी ते जिहड़े बंदियां कोल जिदा 5 किले जमीन बाह लई आ तुसीं कहा वी गुरु ग्रंथ साहिब दे नाल आई आ उह छड देणगे जां फिर कानूनी कारवाई करनी पऊगी ਇਹ ਤਾਂ ਆਪਾਂ ਇਹ ਆ ਜੀ ਵੀ ਕਿਤੇ ਨਾ ਪਤਾ ਮੋਦੀਆ ਦੇ ਸਮ ਦੇਖਦੇ ਆ ਉਸ ਤੋਂ ਬਾਅਦ ਇਲਾਕੇ ਦੀ ਸੰਗਤ ਨਾਲ ਕਿਉਂਕਿ ਸੰਗਤ ਬਹੁਤ ਜ਼ਿਆਦਾ ਨਾਲ ਆ ਜਿਹੜਾ ਉਹ ਆਪਾਂ ਕਾਲ ਤੱਕ ਸਹਿਤ ਪੇਪਰ ਦੇਖਦੇ ਆ ਉਹਦੇ ਉੱਤੇ ਆਟੋ ਸਰਪੰਚਾਂ ਦੇ ਸਾਈਨ ਨੇ ਅੱਛਾ ਪ੍ਰਿੰਸੀਪਲ ਮੈਂਬਰ ਬਲਾਕ ਕਮਿਟੀ ਮੈਂਬਰ ਠੀਕ ਹੈ ਪਿੰਡਾਂ ਦੇ ਪੰਚਾਇਤ ਮੈਂਬਰ ਤੇ ਕਲੱਬ ਦੇ ਪ੍ਰਧਾਨ ਵਗੈਰਾ ਸਾਰਿਆਂ ਦੇ ਸਾਈਨ ਹੋਏ ਨੇ ਨਾ ਠੀਕ ਹੈ 500 ਤੋਂ ਉੱਪਰ ਪੰਜਾਂ ਦੇ ਸਾਈਨ ਨੇ ਇਹਦੇ ਉੱਪਰ ਨਾ ਇਹਨਾਂ ਕਲੀ ਇਹ ਚੁਣੇ ਹੋਏ ਲੋਕ ਨੇ 500 ਦੇ ਨਾਲ ਉੱਤਰ ਦਾ ਹੈਗਾ ਨਾ ਠੀਕ ਹੈ ਸਹਿਯੋਗ ਦੇ ਨਾਲ ਪਹਿਲਾਂ ਉੱਥੇ ਇੱਕ ਅੱਧਾ ਕਮਰਾ ਪਾ ਕੇ ਪਚਾਸ ਕਰੀਏ ਤੇ ਫਿਰ ਆਪਾਂ ਜਿਉਂ ਜਿਉਂ ਉੱਥੇ ਜੁੜਦੀ ਜਾਊਗੀ ਸਿਆਸੀ ਲੋਕ ਆ ਉਹਨਾਂ ਨੇ ਵੀ ਮਤਲਬ ਗੁਰੂ ਘਰਾਂ ਦੀਆਂ ਜ਼ਮੀਨਾਂ ਤੇ ਮਤਲਬ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਆ ਜਾਂ ਲੋਕਾਂ ਨੇ ਦਾਨ ਕੀਤੀਆਂ ਆਪਣੇ ਨਿੱਜੀ ਕਬਜ਼ੇ ਕੀਤੇ ਹੋਏ ਆ ਇਹ ਤਾਂ ਇੱਕ ਘਟਨਾ ਦੀ ਤੁਸੀਂ ਦਾ ਜ਼ਿਕਰ ਕਰ ਰਹੇ ਇਹੋ ਜਿਹੀਆਂ ਬਹੁਤ ਪੰਜਾਬ ਦੇ ਵਿੱਚ ਘਟਨਾ ਜਿਹੜੀਆਂ ਸਾਹਮਣੇ ਆਉਣਗੀਆਂ ਜੇ ਇਸ ਪਾਸੇ ਨੂੰ ਤੁਰਿਆ ਜਾਵੇ ਤਾਂ ਨਹੀਂ ਅਸੀਂ ਇੱਕ ਗੱਲ ਦਾ ਫੈਸਲਾ ਕਰ ਲਿਆ ਜੀ ਅਸੀਂ ਇੱਕ ਟੀਮ ਬਣਾਵਾਂਗੇ ਹਾਂ ਤੇ ਟੀਮ ਬਣਾ ਕੇ ਅਸੀਂ ਜਿਹੜੇ ਕਾਲ ਤਖਤ ਹੈ ਤੇ ਸਿੰਘ ਸਾਹਿਬ ਨੂੰ ਮਿਲਾਂਗੇ ਤੇ ਸਾਡੀ ਕੋਸ਼ਿਸ਼ ਹੋਊਗੀ ਕਿ ਸਿੰਘ ਸਾਹਿਬ ਉਸ ਟੀਮ ਨੂੰ ਮਨਜ਼ੂਰੀ ਦੇ ਦੇਣ ਤੇ ਆਪਾਂ ਇਹ ਸੋਚਦੇ ਹਾਂ ਕਿ ਪੰਜਾਬ ਦੇ ਵਿੱਚ ਕਿੱਥੇ ਵੀ ਜਿੱਥੇ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਸ ਚਲੀ ਆਦਮਿਕ ਸਤਿਕਾਰ ਮੰਜ਼ੂਰੀ ਦੇ ਕਿਤੇ ਵੀ ਘਟਨਾ ਹੁੰਦੀ ਆ ਕਿਤੇ ਕੋਈ ਗੁਰਦਵੀ ਹੁੰਦੀ ਆ ਕਿਤੇ ਰੌਲਾ ਪੈਂਦਾ ਜਾਂ ਕੋਈ ਵੀ ਉੱਥੇ ਉਹ ਟੀਮ ਪਹੁੰਚੇ ਕਿ ਸਾਰੀ ਰਿਪੋਰਟ ਤਿਆਰ ਕਰਕੇ ਬਣਾ ਕੇ ਅਕਾਲ ਤਖ਼ਤ ਸਾਹਿਬ ਤੇ ਭੇਜੇ
ਬੜਿੰਗ ਪਿੰਡ ਦੀ ਖਬਰ ਆਪਣੇ ਕੋਲ ਫੋਨ ਆਇਆ, ਇੱਕ ਭਰੀ ਮਾਨਸਾ ਪਿੰਡ ਪੈਂਦਾ, ਉੱਥੇ ਸ਼ਹੀਦ ਭਾਈ ਗੁਰਮੁਖ ਸਿੰਘ ਭਰੀ ਮਾਨਸਾ ਹੋਏ ਆ, ਉਹਨਾਂ ਦੀ ਯਾਦ ਦੇ ਵਿੱਚ ਨਿਸ਼ਾਨ ਸਾਹਿਬ ਸੀਗਾ, ਉਹ ਵੀ ਵੱਢ ਦਿੱਤਾ ਗਿਆ। ਇੱਕ ਪਰਸਿੱਕੇ ਭਾਈ ਰਣਜੀਤ ਸਿੰਘ ਪਰਸਿੱਕੇ ਦਾ ਲੱਗਿਆ ਸੀਗਾ, ਉਹ ਵੀ ਵੱਢ ਦਿੱਤਾ ਗਿਆ। ਇੱਕ ਸ਼ਾਇਦ ਬਾਬੇ ਜਗਰਾਜ ਸਿੰਘ ਪਠਾਨ ਦਾ ਵੀ ਲੱਗਾ ਹੋਇਆ ਸੀ ਨਾ। ਹਾਂਜੀ ਹਾਂਜੀ, ਉਹਦਾ ਤਾਂ ਪਤਾ ਨੀ, ਸ਼ਾਇਦ ਹੈ ਹਲੇ, ਉੱਥੇ ਤਾਂ ਸ਼ਾਇਦ ਪ੍ਰੋਗਰਾਮ ਹੁੰਦਾ ਵੀ ਆ, ਹਰੇਕ ਸਾਲ, ਇਹ ਨੀ ਪਤਾ, ਪੂਰਾ ਨੀ ਸ਼ੋਰ। ਪ੍ਰੋਗਰਾਮ ਤੇ ਹੁੰਦਾ ਪਰ ਮੈਨੂੰ ਨਹੀਂ ਇਹ ਤੁਸੀਂ ਇਹਨਾਂ ਲੋਕਾਂ ਦਾ ਜਾਂ ਇਹਨਾਂ ਸ਼ਹੀਦਾਂ ਦੇ ਨਾਂ ਤੇ ਨਿਸ਼ਾਨ ਸਾਹਿਬ ਨਹੀਂ ਲਾ ਸਕਦੇ, ਇਹੋ ਜਿਹੀ ਗੱਲ ਵੀ ਉਸ ਵੇਲੇ ਚੱਲੀ ਸੀ। ਵਿਚਾਰ ਬਣਾਇਆ ਵੀ ਇਸ ਮਸਲੇ ਦੀ ਗੰਭੀਰਤਾ ਨਾਲ ਕਾਰਵਾਈ ਕੀਤੀ ਜਾਵੇ, ਕਿਉਂਕਿ ਜੇ ਹੋਰ ਨਹੀਂ ਤਾਂ ਬਹੁਤ ਸਾਰੇ ਜਿੱਥੇ ਇਹ ਲੋਕ ਅਮੀਰ ਲੋਕ ਨੇ, ਇਹ ਜਿਹੜੀ ਅਨੀਆਂ ਜ਼ਮੀਨਾਂ ਵਰਤਦੇ ਨੇ, ਹੋਰ ਵੀ ਜਿਹੜੇ ਲੋੜਵੰਦ ਪਰਿਵਾਰ ਨੇ, ਚਾਹੇ ਉਹਨਾਂ ਦੇ ਬੱਚਿਆਂ ਵਾਸਤੇ ਕੋਈ ਸਕੂਲ ਖੋਲੇ ਜਾਣ, ਛੋਟੇ ਛੋਟੇ ਹੋਸਪਿਟਲ ਬਣਾਏ ਜਾਣ, ਜਾਂ ਕੋਈ ਜ਼ਿਆਦਾ ਲੋੜਵੰਦ ਆ ਜਿਹੜੇ ਵਿਚਾਰੇ ਸੜਕਾਂ ਤੇ ਬੈਠਾ, ਉਹਨਾਂ ਲੋਕਾਂ ਦੇ ਵਾਸਤੇ ਉੱਥੇ ਛੋਟੇ ਛੋਟੇ ਕਰਕੇ ਇੱਥੇ ਜ਼ਮੀਨਾਂ ਦਾ ਲਾ ਦਿੱਤਾ ਜਾਵੇ ਹੈ ਨਾ। ਇਹ ਸੁਰਿੰਦਰ ਸਿੰਘ ਜੀ, ਜਿੱਦਾਂ ਤੁਸੀਂ ਆਹ ਗੱਲ ਕੀਤੀ, ਜਿਹੜਾ ਹੁਣ ਮਸਲੇ ਦੀ ਗੱਲ ਕੀਤੀ ਹੈ, ਇਹ ਤੁਸੀਂ ਕਿਹਾ ਵੀ ਸ੍ਰੀ ਅਕਾਲ ਤਖਤ ਸਾਹਿਬ ਨੇ ਜਿਹੜੀ ਕਮੇਟੀ ਵੀ ਬਣਾਈ ਆ, ਪਰ ਕਈ ਵਾਰੀ ਕੀ ਹੁੰਦਾ ਮੁੜ ਕੇ ਸ਼੍ਰੋਮਣੀ ਕਮੇਟੀ ਦੇ ਥੱਲੇ ਚੱਲ ਜਾਂਦੇ ਆ, ਉਹ ਵੀ ਫਿਰ ਮੁੜ ਕੇ ਉਹਨਾਂ 'ਤੇ ਵੀ ਕਈ ਤਰ੍ਹਾਂ ਦੇ ਸ਼੍ਰੋਮਣੀ ਕਮੇਟੀ 'ਤੇ ਵੀ ਇਲਜ਼ਾਮ ਲੱਗਦੇ ਆ ਵੀ ਉਹ ਵੀ ਜਗ੍ਹਾ 'ਤੇ ਕਬਜ਼ਾ ਕਰ ਜਾਂਦੇ ਜੇ। ਹੁਣ ਇਹ ਜਗ੍ਹਾ ਕਿਹਨੂੰ ਦੇਣੀ ਚਾਹੁੰਦੇ ਪਿੰਡ ਦੇ ਲੋਕ? ਹਾਂ, ਉਹਦੇ ਵਿੱਚ ਕੀ ਹੈ, ਜਿਹੜਾ ਸ਼੍ਰੋਮਣੀ ਕਮੇਟੀ ਦਾ ਮਾਮਲਾ, ਉੱਥੇ ਕਮੇਟੀ ਬਣ ਜਾਂਦੀ ਆ, ਜਦੋਂ ਜਿਹੜੀ ਟੀਮ ਜਾਂਚ ਕਰਨ ਵਾਲੀ ਟੀਮ ਹੈ ਨਾ, ਉਹਦੇ ਪਿੱਛੇ ਕਾਰਵਾਈ ਵੀ ਕਰਦੇ ਵੀ ਕੀ ਕਾਰਵਾਈ ਕਰ ਰਹੇ ਨੇ, ਫਿਰ ਏਦਾਂ ਦੀਆਂ ਘਟਨਾਵਾਂ ਹੁੰਦੀਆਂ। ਠੀਕ ਹੈ, ਜਿਹੜੀ ਕਮੇਟੀ ਬਣਾਓਗੀ ਆਪਾਂ ਉਹਦੇ ਪਿੱਛੇ ਬਣਾਈ ਆ ਜੀ, ਉਹਦੇ ਪਿੱਛੇ ਆਪਾਂ ਪੂਰੀ ਕਾਰਵਾਈ ਕਰਨੀ ਹੈ, ਪਤਾ ਕਰਨਾ ਵੀ ਉਹ ਕੀ ਕਰਦੇ ਆ ਕੀ ਨਹੀਂ ਕਰਦੇ, ਉਹਨਾਂ ਦੀ ਪਲ ਪਲ ਦੀ ਜਿਹੜੀ ਰਿਪੋਰਟ ਹੋਰ ਉਹ ਰੱਖਣੀ ਆ, ਪਲੱਸ ਇਹਨਾਂ ਦੇ ਉੱਪਰ ਧਾਰਮਿਕ ਭਾਵਨਾਵਾਂ ਨੂੰ ਜੇਸ ਪਹੁੰਚਾਉਣ ਦਾ ਜਿਹੜਾ ਕੇਸ ਆ ਉਹ ਆਪਾਂ ਦਰਜ ਕਰਾਉਣਾ ਹੈਗਾ। ਜੋ ਇੱਕ ਬੀਬੀ ਆ ਉਹਦੇ, ਜਿਹੜੀ ਪਿੰਡ ਦੀ ਮੌਜੂਦਾ ਸਰਪੰਚ ਵੀ ਆ ਉਹਦੇ ਤੇ, ਤੇ ਉਹਦਾ ਜਿਹੜਾ ਘਰ ਵਾਲਾ ਜਾਂ ਦਪਿੰਦਰ ਸਿੰਘ ਢਿਲੋਂ ਤੇ ਇੱਥੇ ਜਿਹੜਾ ਬਹੁਤ ਚੇਂਜ ਉੱਥੇ ਨਾਲ ਹੈ ਨਾ। ਠੀਕ ਹੈ, ਜਦੋਂ ਅਸੀਂ ਕਮੇਟੀ ਆਪ ਦਾ ਕੰਮ ਥੋੜਾ ਬਹੁਤਾ ਕਰਦੀ ਹੈ, ਆਪਣੇ ਪਿੱਛੇ ਕਾਰਵਾਈ ਨੀ ਕਰਦੇ, ਅਸੀਂ ਸ਼ਿਕਾਇਤ ਕਰਨ ਤੋਂ ਭੁੱਲ ਜਾਂਦੇ ਹਾਂ, ਤਾਂ ਫਿਰ ਹੁੰਦਾ ਹੈਗਾ ਵੀ ਉੱਥੇ ਸਾਰਾ ਕੁਛ ਹੋ ਜਾਂਦਾ, ਤੇ ਉੱਥੇ ਬੈਠਕਾਂ ਵੀ ਹੋ ਜਾਂਦੀਆਂ, ਕਾਰਵਾਈ ਵੀ ਸਹੀ ਨੀ ਹੁੰਦੀ। ਅਸਲ ਦੇ ਵਿੱਚ ਕਸੂਰ ਸਾਡਾ ਹੀ ਹੁੰਦਾ, ਜਦੋਂ ਅਸੀਂ ਮੁੱਦਾ ਉਠਾ ਤਾਂ ਲੈਂਦੇ ਹਾਂ, ਉਹਨੂੰ ਕਿਵੇਂ ਨੀ ਕਹਿਣਦੇ। ਠੀਕ ਹੈ, ਤੇ ਹੁਣ ਮਤਲਬ ਇਹ ਜਿਹੜੀ ਆ ਸ਼੍ਰੋਮਣੀ ਆਪਣੇ ਸੋਰੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਿਹੜੀ ਕਮੇਟੀ ਆ, ਮਤਲਬ ਕਿੰਨੇ ਚਿਰਾਂ 'ਚ ਫੈਸਲਾ ਦੇ ਦੇਊਗੀ ਜਾਂ ਕੀ ਕੀ ਉਹਨਾਂ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ? ਸਿੰਘ ਸਾਹਿਬ ਨੇ ਕਿਹਾ ਸੀ ਵੀ ਇੱਕ ਹਫ਼ਤੇ ਤੋਂ ਪਹਿਲਾਂ ਵੀ ਮੈਨੂੰ ਪੂਰੀ ਰਿਪੋਰਟ ਬਣਾ ਕੇ, ਜਿਹੜਾ ਬੰਦਾ ਹੈਗਾ ਮੇਨ ਭੁਪਿੰਦਰ ਸਿੰਘ ਢਿੱਲੋਂ, ਬੁੱਧ ਸਿੰਘ ਤੇ ਸਮਰਜੀਤ ਕੌਰ ਵੀ, ਤਿੰਨਾਂ ਦੇ ਐਫ ਆਈ ਆਰ ਕਟਵਾ ਕੇ ਕਮੇਟੀ ਨੂੰ ਕਿਹਾ ਵੀ ਐਫ ਆਈ ਆਰ ਤੁਸੀਂ ਕਟਵਾਉਣੀ ਹੈ। ਅੱਛਾ ਜੀ, ਠੀਕ ਹੈ, ਤਾਂ ਵੀ ਕਮੇਟੀ ਜਾਊਗੀ, ਜਿਹੜੀ ਜਾਂਚ ਕਮੇਟੀ ਆ ਉਹ ਬੰਦੇ ਤੇ ਐਫ ਆਈ ਆਰ ਕਟਵਾ ਕੇ ਉਹਦੀ ਕਾਪੀ ਲਿਆ ਕੇ ਸਿੰਘ ਸਾਹਿਬ ਨੇ ਟਰਾਂਸਫਰ ਤੋਂ ਪਹਿਲਾਂ ਦੇਊਗੀ। ਹੁਣ ਦੋ ਛੁੱਟੀਆਂ ਆ ਗਈਆਂ ਜੀ, ਅੱਜ ਵਰਕਿੰਗ ਡੇ ਸੀਗਾ, ਹੁਣ ਅੱਜ ਉਹ ਕਮੇਟੀ ਨੂੰ ਆਰਡਰ ਮਿਲ ਗਏ ਹੋਣੇ, ਉਹ ਕੱਲ੍ਹ ਜਾਂ ਪਰਸੋਂ ਇੱਥੇ ਆਉਣਗੇ। ਠੀਕ ਹੈ, ਇਹਦੇ ਬਾਰੇ ਕੋਈ ਹੋਰ ਜਾਂ ਪੰਜਾਬ ਦੀ, ਜਿੱਦਾਂ ਕੱਲ੍ਹ ਵੀ ਆਪਾਂ ਇੱਕ ਗੱਲਬਾਤ ਕੀਤੀ ਸੀਗੀ, ਉਹ ਮਸਲੇ ਦਾ ਵੀ ਤੁਸੀਂ ਦੱਸਿਆ ਕਿ ਜਿਹੜਾ ਮਲਕੀਤ ਸਿੰਘ ਕੋਈ ਆਪਣੇ ਆਪ ਨੂੰ ਕਹੀ ਜਾਂਦਾ ਮੇਰੇ ਘਰ ਜਿਹੜਾ ਨੇਕ ਲੰਕ ਆ ਗਿਆ, ਜਾਂ ਮੈਂ ਗੁਰੂ ਗੋਬਿੰਦ ਸਿੰਘ ਦੀ ਰੂਹ ਆ ਗਈ ਹੈ ਵਿੱਚ ਮੇਰੇ, ਅਤੇ ਮੈਂ ਜੋ ਮਰਜ਼ੀ ਮੈਨੂੰ ਪੁੱਛ ਲਓ, ਤਾਂ ਪਰ ਉਹਨਾਂ 'ਤੇ ਇਲਜ਼ਾਮ ਲੱਗਦੇ ਆ, ਅਤੇ ਇਹ ਵੀ ਮਸਲਾ ਸ੍ਰੀ ਅਕਾਲ ਤਖਤ ਸਾਹਿਬ 'ਤੇ ਪਹੁੰਚਿਆ ਸੀਗਾ, ਇਹ 'ਤੇ ਆਪਾਂ ਗੱਲਬਾਤ ਵੀ ਗੱਲ ਕੀਤੀ ਆ, ਉਹ ਮਸਲਾ ਕਿੱਥੇ ਪਹੁੰਚਿਆ? ਆਪਾਂ ਇੱਦਾਂ ਦੇ ਪੰਜ ਮਸਲੇ ਗੱਲ ਤਹਿਤ ਲੈ ਕੇ ਗਏ ਹਾਂ। ਅੱਛਾ ਜੀ,
राजस्थान आप ही कमेटी बना के लगे पे ने पिंड पिंड जाके रूफा छेड़छाड़ करते बंद भी अपना प्यार भी उन्होंने भी एफ आई आर करवानी आप पर कई बार जिदा संगत अपने सुरिंदर सिंह जी एतराज भी कर दी कहते कमेटियां बन जानिया लेकिन कोई रिजल्ट तो मोहरे आता नहीं गा हाँ हाँ मसला जिदा गल की मोर्चा लाया उन्होंने भी कमेटी बनी हुई है जो गुरु ग्रंथ साहिब के स्वरूप के बारे सत्कार कमेटियां बारे तो एक वीडियो बड़ी जिदा वायरल हो रही है कि सुखजीत सिंह खोसे बारे जी श्रोमणी कमेटी ने की है पर असी अपने तौर पर तो कह नहीं सकते भी किमें हैं जिदा तुहाडे ख्याल ना जी वीडियो उन्होंने कढ़ी आ जिहदे च उन्होंने मतलब दिखाइया जी शराब पींदा आ करदा जां ये गल्लां लोगों के गले तो थले ने उतर रही कहते इदा हो नहीं सकता देखो वीडियो सारे सामने कोई दो राय नहीं है कोई गलत नहीं है दूसरी गल असी सुरजीत सिंह खोसे की मानते हैं एक दो तीन बजुर्ग ग्रंथी सिंह ने डांगा मार के उन्होंने सट्टा सिटा मार के अभी इन कौम की बहुत वही कुरबानी मान ली है ग्रंथी सिंह कुछ दिखे से उन्होंने पगा ला दिखाई ने जी सुरजीत सिंह खोसे की प्राप्ति है एक बार वो जेल गया वो फिर किसी मसले से गया जी उन्हें बुजुर्ग ग्रंथी सिंह कुटे है ना सलाह ना काम क्यों नहीं करता जे मेंबर नहीं है फिर जी मेन टीम हैगी मोर्चे की मेन टीम ओ क्यों बहना मीटिंग कमेटी भी चला दें इस मसले लिए फिर इन्हों श्रोमणी कमेटी जिसे धरना लाया इन्हों लंगर का प्रबंध भी किया इनान पानी की दो कमरे भी दिखे सारा कुछ किया होया ठिकाने से बैठे सब ना रोटी हर करते जी ना ठीक एक पहला डीजी पी जी बारे ने चाके जिंदा लौटा हूं देखो जेडे खतरे था ना उठे पहली गल तो सू दसने पंजाब के गुरुद्वारा साहब ने सारे का प्रबंध उठ चलता है ना ठीक है कोई लैंड दे होर जाओ दरबार साहब के सारे कार्य उठो चलते हैं अभी उठे जिंदा ला दी सारे गुरु घर का काम ठल पै जाना फिर इंदिरा गांधी वाला काम ही कर रहे हैं सारा कुछ बंद कराने भी करा दता जो ये मोर्चा लग्या मैं स्टार्टिंग वाले दिनों के एक गल कही थी भी एक तो जे दो तीन बंदे चक्की सरदार जैसे गुरु साहब जी रुपिंदर जोगिंदर सिंह ना मकूसी जी इन्हों एक तो साइड पर रखा जाए ओदा संगती रूप चाहन पर इन्हों मूहे न करो दूजी गल जो मोर्चा लाना गा ओनू आप जी दरबार साहब का गलियारा गा तो बहर बैठी है ना ठीक है इन्हों बंद ने उदो क्योंकि जेडे बंदे शरारती होंगे उन्होंने शरारत करनी होंगी नहीं जी अंदर ही बहने अंदर ही बहने इन्होंने अंदर बिठा लिया अंदर बिठाने तो बाद जो सारी गलबात हुई प्राप्ति कौमी लैवल से है नहीं गई सिर्फ आप जलूस कढ के दिखा दिता जो देखो साफ जी गल धरने वास्ते तुम जगह मिल गई धरना तुम दे बैठे हो दफ्तर जाके जिंदे लाने मकसद पढ़ी जिहड़े मोर्चा शब्द सी धरना शब्द सीगा
तो हालातों के मुताबिक हौली 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 संगत का विश्वास टुट रहा है। एक समा ऐसा आऊगा जिम्मे हम लोग मंड भरा हो गया हालत जो मन के चलो एक बंदा बाहर भी किसी स्टेट तो आया या बाहर भी किसी कंट्री तो आया नहीं पता सिखा सिखा बिलकुल जान बुझ के विवाद पैदा कर दे जी रिपोर्ट है सारा कुछ क्लियर होया किए गए असल गुरु ग्रंथ साहब महाराज सच्चे पातशाह राजनीति करता या रिजार चला सतगुरु सच्चे पातशाह समर्थ ने उन्होंने सजा जरूर मिलूगी समा वध घट जरूर लग सकता पर जेडे बंदे दोषी होंगे उन्होंने सजा गुरु ग्रंथ साहब सच्चे पातशाह महाराज जरूर रख देने। सुरिंदर सिंह जी जिदा यह क्योंकि यह भी एक बहुत मसला क्योंकि आप गल सत्कार की जमीना के कब्जिया की यही कर रहे थे बहर जिदा मतलब आम जो व्यक्ति ज आम सिख सोचता ना वो तो जिदा हर एक इदा समझता भी बहुत वधिया काम कर रहे हैं गुरु महाराज सत्कार लिए इदा कर रहे हैं तो कितने ये गलत नहीं भी जो जथेदार साहब ने यह कहता है भी सत्कार कमेटिया की जी मानता खत्म करते हैं तो वो रिवेंज के बच्चे यह मोर्चा निकलिया हो क्योंकि अकाली दल के लीडर कुछ खास बंद संघर्ष आके बह रहे ठीक है उन्होंने तो कम लेंगे उन्होंने सहमति राष्ट्रीय जथेबंदियां बनाईया ने सारे बंद दूजी दूजी एक धर उ हो रहा है बार बार कहते मैक ला के ना करो तुम गारंटी है जो खत्म हो जाए जो सच्चाई हो जाए उदो बिरले बंद हूं परसों का धरना पटे हूं तो किसी ने जाके कह नहीं धरना लाने के बारे है ना तो जेडे ये लोग ने यह सियासत करते हैं गुरु ग्रंथ साहब सच्चे पातशाह महाराज समर्थ ने आप गुरु पातशाह तो डर के एक गल कहने भी जेडे बंदिया ने बेअदबी की जेडिया ने कराई जेडे उस नाते राजनीति करते हैं सतगुरु सच्चे पातशाह मेहर करे उन्होंने सारे इंसानों के कीड़े कहे जेडे बंदे ये कर्म गुरु साहब के नाते करते हैं राजनीति करने लिए होर बड़े मुद्दे ने होर बहुत सारे राह होंगे
ਜਿਹਨੇ ਰਾਜਨੀਤੀ ਕਰਕੇ ਉਹਨਾਂ ਨੂੰ ਬਾਕੀ ਸਟੇਟਾਂ ਦੇ ਵਿੱਚ ਕਿਹੜਾ ਗੁਰੂ ਗ੍ਰੰਥ ਸਾਹਿਬ ਦਾ ਨਾਂ ਲੈ ਕੇ ਲੋਕੀ ਕਾਮਯਾਬ ਲੀਡਰ ਬਣਦੇ ਆ, ਆਪਦੀ ਮਿਹਨਤ ਨਾਲ ਬਣਦੇ ਨੇ, ਇਹ ਲੋਕੀ ਤਾਂ ਸਿਆਸਤ ਕਰ ਰਹੇ ਨੇ ਗੁਰੂ ਸਾਹਿਬ ਦੇ ਨਾਂ ਤੇ, ਜਿਹੜਾ ਇਹ ਬੇਅਦਬੀਆਂ ਦਾ ਕਾਲਾ ਦੌਰ ਚੱਲ ਰਿਹਾ, ਜਿਹੜੇ ਹਾਲਾਤ ਨੇ, ਇਹਦੇ ਵਿੱਚ ਬਹੁਤਿਆਂ ਦੇ ਲਈ ਸਾਡੀ ਜਿਹੜੀ ਸਿੱਖਾਂ ਦੀ ਆਪਸੀ ਧੜੇਬੰਦੀ, ਆਪਸੀ ਫੁੱਟ ਤੇ ਆਪਸੀ ਜਿਹੜੀ ਬੇਸਵਾਸੀ ਆ, ਉਹਦੇ ਕਾਰਨ ਹੀ ਸਾਰਾ ਕੁਛ ਹੋ ਰਿਹਾ। ਹੁਣ ਜਿਹੜੇ ਬੰਦੇ ਪਰਸੋਂ ਜਿਹਦੇ ਲੜਾਈ ਹੋਈ, ਪੋਸਟਾਂ ਪਾਉਣੀਆਂ ਦੀ ਲੱਤ ਤੋੜ ਕੇ, ਸਿੰਘਾਂ ਦੇ ਵੀ ਸਿੰਘਾਂ ਦੀਆਂ ਲੱਤਾਂ ਤੋੜਤੀਆਂ, ਸਿੰਘਾਂ ਦੀਆਂ ਬਾਹਾਂ ਤੋੜਤੀਆਂ, ਕਿਸੇ ਦੀ ਲੱਤ ਨੀ ਟੁੱਟੀ ਸੀ। ਉਹ ਕੱਲ ਪਰਸੋਂ ਲੱਤਾਂ ਟੁੱਟ ਗਈਆਂ ਸੀਗੀਆਂ, ਮੁੱਛੜ ਦੀਆਂ ਬਾਹਾਂ ਟੁੱਟ ਗਈਆਂ ਸੀ, ਕੱਲ ਪ੍ਰੈਸ ਕਾਨਫਰੰਸ ਕਰੀ ਜਾਂਦਾ ਸੀਗਾ, ਓਦਾਂ ਹੀ ਸਾਰੇ ਬੰਦੇ ਤੁਰੇ ਫਿਰਦੇ ਆ, ਕਿਸੇ ਨੂੰ ਕੁਛ ਨੀ। ਤੇ ਦੂਜੀ ਗੱਲ ਇਹ ਸੀ, ਕੁਛ ਬੰਦੇ ਇੱਥੇ ਏਦਾਂ ਦੇ ਵੀ ਸੀਗੇ ਜਿਹਨਾਂ ਨੂੰ ਤੁਰਨ ਪਹਿਲਾਂ ਪਤਾ ਲੱਗ ਗਿਆ ਸੀ ਵੀ ਇੱਥੇ ਘਟਨਾ ਹੋਣੀ ਆ, ਤੇ ਉਹ ਵਿੱਚ ਹੈ ਹੀ ਨੀ ਸੀ, ਕਿਉਂਕਿ ਉਹਨਾਂ ਦੀ ਕੁਛ ਅਕਾਲੀ ਦਲ ਦੇ ਲੀਡਰਾਂ ਸਾਹ ਸੀਗੀ, ਉਹਨਾਂ ਤੱਕ ਗੱਲ ਪਹੁੰਚ ਗਈ ਸੀ ਉੱਥੇ ਕਿ ਤਰਬੋਲਾ ਹੋਣਾ, ਤੇ ਉਹ ਪਹਿਲੇ ਕਾਲੇ ਹੋਏ ਸੀਗੇ ਜਾਣੀ ਇਹ ਨਾ, ਉਹਨਾਂ ਨੇ ਕਿਸੇ ਪਾਸੇ ਸੀ ਨਾ ਹਾਲਾ, ਇਹ ਪਹਿਲਾਂ ਹੀ ਪਤਾ ਸੀ ਵੀ ਇਹ ਗੱਲ ਹੋਣ ਵਾਲੀ ਆ। ਦੇਖੋ ਬਹੁਤ ਸਾਰੇ ਲੋਕਾਂ ਨੂੰ ਪਤਾ ਸੀ, ਜਿਹੜੇ ਬੰਦੇ ਮੇਨ ਲੀਡਰਾਂ ਦਾ ਸਾਂਝ ਰੱਖਦੇ ਆ। ਹਾਂਜੀ, ਹੁਣ ਇੱਕ ਪਾਸੇ ਤਾਂ ਕਮੇਟੀ ਕਹੀ ਜਾਂਦੀ ਹੈ ਵੀ ਸਾਡਾ ਕੋਸੇ ਨਾਲ ਕੋਈ ਸੰਬੰਧ ਨਹੀਂ, ਦੂਜੇ ਪਾਸੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜਦੋਂ ਖੋਸਾ ਤਿੰਨ ਸਾਲ ਗਿਆਨੀ ਹਰਜੀਤ ਸਿੰਘ ਨੂੰ ਸਰੂਪਾਂ ਦੇ ਮਸਲੇ ਤੇ ਮਿਲਣ ਜਾਂਦਾ, ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਮਿਲਣ ਜਾਂਦਾ, ਉਦੋਂ ਫਿਰ ਉਹ ਕਿਸ ਅਧਿਕਾਰ ਨਾਲ ਜਾਂਦਾ, ਤੁਹਾਨੂੰ ਕੌਣ ਭੇਜ ਰਿਹਾ ਗਾ ਜੇ ਇਹਨਾਂ ਦੇ ਨਾਂ ਤੇ ਮਿਲਣ ਜਾਂਦਾ ਸੀ, ਅਗਰ ਇਹਨਾਂ ਨੂੰ ਰੋਕਣਾ ਚਾਹੀਦਾ ਸੀ ਭਾਈ ਜੀ ਸਾਡੇ ਨਾਂ ਤੇ ਨਹੀਂ ਜਾ ਸਕਦਾ। ਹੋਰ ਬੰਦਿਆਂ ਨਾਲ ਵਿਚਾਰ ਇਹ ਕੀਤੀ ਜਾਵੇ ਤੇ ਤੁਸੀਂ ਨਾਲ ਡਿਬੇਟ ਤੇ ਆਉਣ ਨੂੰ ਤਿਆਰ ਹੋ? ਬਿਲਕੁਲ। ਅੱਛਾ, ਠੀਕ ਹੈ, ਬਹੁਤ ਬਹੁਤ ਧੰਨਵਾਦ। ਕੋਈ ਗੱਲ ਹੋਰ ਅੱਜ ਦੇ ਖਾਸ ਮੁੱਦੇ ਤੇ ਰਹਿ ਗਈ ਹੋਵੇ, ਜਿਹੜੀ ਗੱਲ ਜਾਂ ਖਬਰ ਕੋਈ ਰਹਿ ਗਈ ਦੱਸਣਾ ਚਾਹੁੰਦੇ ਦੱਸ ਸਕਦੇ? ਬਸ ਇਹੀ ਹੈ ਜੀ, ਆਪਾਂ ਲੈ ਕੇ ਕੱਲ ਨੂੰ ਅਸੀਂ ਇੱਕ ਗੱਲ ਡਿਕਲੇਅਰ ਕਰਾਂਗੇ ਤਰੀਕ ਵੀ, ਇੰਨੀ ਤਰੀਕ ਨੂੰ ਅਸੀਂ ਜਿਹੜਾ ਨਿਸ਼ਾਨ ਸਾਹਿਬ ਉਹਨਾਂ ਨੇ ਵਧਿਆ ਦੀਵਾਲੀ ਚੜਾਵਾਂਗੇ ਤੇ ਉੱਥੇ ਗੁਰੂ ਘਰ ਦੀ ਨੀਂਹ ਰੱਖੀ ਜਾਊਗੀ, ਕਿਉਂਕਿ 8 ਪਿੰਡਾਂ ਦੀ ਜਿਹੜੀ ਸੰਗਤ ਆ ਉਹਨਾਂ ਨੇ ਪੰਚਾਇਤਾਂ ਨੇ ਸਾਈਨ ਕਰਕੇ ਆਪਾਂ ਨੂੰ ਸਾਰੇ ਅਧਿਕਾਰ ਦੇ ਦਿੱਤੇ ਆ, ਤੁਸੀਂ ਇੱਥੇ ਜੋ ਬਣਾਉਣਾ ਚਾਹੁੰਦੇ ਹੋ ਉਹ ਬਣਾ ਸਕਦੇ। ਬਹੁਤ ਬਹੁਤ ਧੰਨਵਾਦ ਜੀ ਸੁਰਿੰਦਰ ਸਿੰਘ ਜੀ, ਤੁਸੀਂ ਟਾਈਮ ਦਿੱਤਾ। ਸੋ ਆਪਾਂ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦਰਸ਼ਕ ਸਨ ਸੁਰਿੰਦਰ ਸਿੰਘ ਠੀਕਰੀਵਾਲ, ਜਿਨ੍ਹਾਂ ਨੇ ਦੱਸਿਆ, ਪੂਰੀ ਗੱਲਬਾਤ ਕੀਤੀ ਆ, ਨਾਲ ਹੀ ਆਪਾਂ ਜਿਹੜੀ ਗੱਲਬਾਤ ਹੋਰ ਮੁੱਦੇ ਉਹਨਾਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ। ਵਿਚਾਰ ਹਰ ਇੱਕ ਦੇ ਆਪੋ ਆਪਣੇ ਆ, ਅਤੇ ਜਿਹੜੀਆਂ ਗੱਲਾਂ ਉਹ ਕਰਕੇ ਉਹਨਾਂ 'ਤੇ ਵਿਚਾਰ ਕਰਨਾ ਵੀ ਜ਼ਰੂਰ ਬਣਦਾ ਹੈ। ਸੋ ਆਪਾਂ ਇੱਥੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ, ਮਿਲਦੇ ਹਾਂ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ। ਦੇਖਦੇ ਰਹੋ ਆਵਾਜ਼ ਕੌਣ ਟੀਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।